ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੱਚੀ ਮੁੱਚੀ ਪਿਆਰ ਕਰਦੇ ਹੋ, ਜੇ ਤੁਸੀਂ ਆਪਣੀ ਜ਼ਿੰਦਗੀ ਫੁੱਲਾਂ ਵਰਗੀ ਹੌਲੀ ਅਤੇ ਪਵਿੱਤਰ ਬਣਾਉਣਾ ਚਾਹੁੰਦੇ ਹੋ, ਸੱਚਾ ਸੁੱਚਾ ਗਿਆਨ ਹਾਸਲ ਕਰਕੇ ਜ਼ਿੰਦਗੀ ਨੂੰ ਕਾਮਯਾਬ ਦੇਖਣਾ ਚਾਹੁੰਦੇ ਹੋ, ਤਾਂ ਇਹ ਯੂਟਿਊਬ ਚੈਨਲ ਬਲਕਰਨ ਕੋਟ ਸ਼ਮੀਰ ਨੂੰ ਸਬਸਕ੍ਰਾਈਬ ਕਰ ਦਿਓ। ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਇੱਕ ਘੰਟੀ ਦਾ ਬਟਨ ਵੀ ਦਬਾ ਦਿਓ, ਤਾਂ ਜੋ ਸਾਡੇ ਕੋਲ ਗਿਆਨ ਵਧਾਊ ਗੱਲਾਂ ਪਹੁੰਚ ਸਕਣ। ਆਓ ਸੁਣੀਏ ਇੱਕ ਉੱਚ ਪੱਧਰੀ ਗਿਆਨ ਦੀ ਗੱਲ। ਸ਼ਿੰਗਾਰ ਕਰਕੇ ਘਰ ਮੇ ਦਿਸ ਪੈਣਾ ਬੜੀ ਸੌਖੀ ਗੱਲ, ਥੋੜਾ ਜਿਹਾ ਹਾਰ ਸ਼ਿੰਗਾਰ ਕੀਤਾ, ਕਿਉਂਕਿ ਧਰਮ ਦੇ ਵੀ ਕੁਛ ਐਸੇ ਕੱਪੜੇ ਨੇ, ਕੁਛ ਐਸਾ ਲਿਬਾਸ ਹੈ ਜਿਹਨੂੰ ਪਹਿਨਦੇ ਆ ਲੋਕੀ ਸੰਤ ਗੁਣੀ ਗਿਆਨੀ ਮਹਾਤਮਾ ਕਹਿਣ ਲੱਗ ਪੈਂਦੇ ਨੇ। ਤੋ ਥੋੜਾ ਜਿਹਾ ਸ਼ਿੰਗਾਰ ਕਰਕੇ ਘਰ ਮੇ ਦਿਸ ਪੈਣਾ ਹੋਰ ਗੱਲ ਹੈ, ਸਾਧਨਾ ਕਰਕੇ ਧਰਮੀ ਹੋ ਜਾਣਾ ਹੋਰ ਗੱਲ ਹੈ। ਕੋਈ ਸਾਧਨਾ ਕਰਕੇ ਧਰਮੀ ਹੋ ਗਿਆ, ਹੁਣ ਜ਼ਰੂਰੀ ਨਹੀਂ ਕਿ ਉਹ ਧਰਮੀ ਦਿਸਦਾ ਵੀ ਹੋਵੇ, ਕੋਈ ਪਤਾ ਨਹੀਂ। ਕਾਰਨ ਕਿ ਧਰਮੀ ਦਿਸ ਪੈਣਾ ਤੇ ਇੱਕ ਬਾਹਰ ਦੀ ਰੂਪ ਰੇਖਾ ਹੈ, ਧਰਮੀ ਹੋ ਜਾਣਾ ਇੱਕ ਮਨ ਦੀ ਅਵਸਥਾ ਹੈ, ਇੱਕ ਅੰਦਰ ਦੀ ਹਾਲਤ ਹੈ। ਸਾਹਿਬਾਂ ਦੀ ਬਾਣੀ ਕਹਿੰਦੀ ਹੈ ਕਿ ਲੋਕਾਂ ਨੇ ਰੱਬ ਦੀ ਪ੍ਰਾਪਤੀ ਖਿਡੌਣੀ ਸਮਝਿਆ ਹੋਇਆ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਕਨ ਰਾਮ ਖਿਲਾਉਣਾ ਜਾਣਾ। ਦੋ ਮਾਲਾਂ ਗਲਦੇ ਚ ਪਾ ਲਈਆਂ, ਦੋ ਮਾਲਾਂ ਹੱਥ ਤੇ ਬੰਨ ਲਈਆਂ, ਧਰਮੀ ਦਿਸਣ ਦੀਆਂ ਨਿਸ਼ਾਨੀਆਂ, ਸਬੂਤ ਹੋ ਗਿਆ ਕਿਉਂਕਿ ਮੇਰੇ ਕੋਲ ਮਾਲਾ ਹੈ, ਗਲਦੇ ਚ ਮੈਂ ਪਾਈ ਹੈ, ਹੱਥ ਦੇ ਚ ਨਹੀਂ। ਲੋਕਨ ਰਾਮ ਖਿਲਾਉਣਾ ਜਾਣਾ, ਕਬੀਰ ਕਹਿੰਦੇ ਨੇ ਲੋਕਾਂ ਨੇ ਰੱਬ ਦੀ ਪ੍ਰਾਪਤੀ ਨੂੰ ਖਿਡਾਉਣੀ ਸਮਝ ਲਏ, ਧਰਮੀ ਦਿਸ ਪੈਣਾ ਇੱਕ ਸ਼ਿੰਗਾਰ ਹੈ, ਧਰਮੀ ਹੋ ਜਾਣਾ ਇੱਕ ਸਾਧਨਾ ਹੈ, ਮਿਹਨਤ ਹੈ, ਤਪੱਸਿਆ ਹੈ। ਔਰ ਇਤਨੀ ਮੈਂ ਅਰਜ਼ ਕਰਦੇ ਹਾਂ, ਇਸ ਤੋਂ ਵੱਡੀ ਹੋਰ ਕੋਈ ਮਿਹਨਤ ਨਹੀਂ ਜਿਤਨੀ ਨਾਮ ਜਪਣ ਦੀ ਮਿਹਨਤ ਹੈ। ਇਸ ਵਾਸਤੇ ਸਾਹਿਬਾਂ ਨੇ ਕਹਿ ਦਿੱਤਾ, ਦੁਨੀਆਂ ਵਿੱਚ ਕੋਈ ਕੰਮ ਇਤਨਾ ਔਖਾ ਨਹੀਂ ਜਿਤਨਾ ਔਖਾ ਕੰਮ ਹੈ ਨਾਮ ਜਪਣਾ। ਆਖਣ ਔਖਾ ਸਾਚਾ ਨਾਮ, ਇਹ ਔਖਾ ਹੈ, ਸਭ ਤੋਂ ਜ਼ਿਆਦਾ ਔਖਾ ਹੈ। ਬੰਦਾ 4 ਘੰਟਾ ਤਾਸ਼ ਖੇਡ ਸਕਦਾ ਹੈ, 1 ਮਿੰਟ ਨਾਮ ਨਹੀਂ ਜਪ ਸਕਦਾ। ਬੰਦਾ 8 ਘੰਟਾ ਗੱਪਾਂ ਮਾਰ ਸਕਦਾ ਹੈ, 2 ਮਿੰਟ ਨਾਮ ਨਹੀਂ ਜਪ ਸਕਦਾ। ਕਦੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ। ਤੁਸੀਂ ਆਖੋ ਕਿ ਵਾਹਿਗੁਰੂ ਵਾਹਿਗੁਰੂ ਆਖਣਾ ਕੋਈ ਔਖੀ ਗੱਲ ਹੈ? ਮਹਾਰਾਜ ਕਹਿ ਰਹੇ ਨੇ ਆਖਣ ਔਖਾ ਸਾਚਾ ਨਾਮ। ਦਰਅਸਲ ਇਸ ਤਰ੍ਹਾਂ ਵਾਹਿਗੁਰੂ ਤੇ ਵਾਹਿਗੁਰੂ ਬੱਚੇ ਵੀ ਕਹਿ ਛੱਡਦੇ ਨੇ, ਸਾਰੀ ਦੁਨੀਆਂ ਕਹਿ ਛੱਡਦੀ, ਕੋਈ ਔਖੀ ਗੱਲ ਨਹੀਂ। ਪਰ ਜਿਸ ਢੰਗ ਨਾਲ ਗੁਰਬਾਣੀ ਕਹਿ ਰਹੀ ਹੈ ਜਪਣ ਨੂੰ, ਉਸ ਢੰਗ ਨਾਲ ਵਾਕਈ ਔਖਾ ਹੈ, ਹਰ ਬੰਦਾ ਨਹੀਂ ਜਪ ਸਕਦਾ। ਜਿਸ ਢੰਗ ਨਾਲ ਮੇਰੇ ਪਾਤਸ਼ਾਹ ਕਹਿ ਰਹੇ ਨੇ ਉਹ ਹੈ ਢੰਗ ਇਹ, ਧੁਨ ਮੈਂ ਧਿਆਨ, ਧਿਆਨ ਨੇ ਜਾਣਿਆ ਗੁਰਮੁਖ ਅਗਥ ਕਹਾਣੀ। ਧੁਨ ਵਿੱਚ ਧਿਆਨ ਜੋੜ, ਵਾਹਿਗੁਰੂ ਵਾਹਿਗੁਰੂ ਦਾ ਉਚਾਰਨ, ਉਸੇ ਵਿੱਚ ਧਿਆਨ ਜੋੜ। ਇਹ ਹੁਣ ਗੱਲ ਬੜੀ ਔਖੀ, ਕੌਣ ਜੋੜੇ? ਧੁਨ ਇੱਕ ਪਾਸੇ ਜਾਂਦੀ ਹੈ, ਧਿਆਨ ਇੱਕ ਪਾਸੇ ਜਾਂਦਾ। ਇਹ ਧੁਨ ਧਿਆਨ ਦੀ ਸਾਧਨਾ, ਤੇ ਧੁਨ ਦਾ ਮਤਲਬ ਹੈ ਸ਼ਬਦ, ਧਿਆਨ ਦਾ ਮਤਲਬ ਹੈ ਸੁਰਤ। ਸ਼ਬਦ ਸੁਰਤ ਦਾ ਮਾਰਗ ਹੈ ਇਹ ਗੁਰਮਤਿ,
ਗੁਰਮਤਿ ਕੀ ਹੈ? ਸ਼ਬਦ ਸੁਰਤ ਦਾ ਮਾਰਗ। ਸ਼ਬਦ ਨੂੰ ਕਹਿੰਦੇ ਨੇ ਧੁਨ, ਆਵਾਜ਼। ਸ਼ਬਦ ਦੇ ਅਖਰੀ ਅਰਥ ਨੇ ਆਵਾਜ਼, ਸਵਰ, ਧੁਨੀ। ਤੇ ਧਿਆਨ ਦਾ ਮਤਲਬ ਹੈ ਸੁਰਤ। ਸੁਰਤ ਨੂੰ ਕਿਹਦੇ ਚ ਜੋੜਨਾ ਹੈ? ਸ਼ਬਦ ਦੇ ਚ, ਦੋਨੋਂ ਨੂੰ, ਤੇ ਧਿਆਨ ਨੂੰ ਇੱਕ ਕਰਨਾ। ਧਿਆਨ ਨੂੰ ਕਿਹਦੇ ਚ ਜੋੜਨਾ ਹੈ? ਦੋਨ ਦੇ ਚ। ਔਰ ਧੁਨ ਇੱਕ ਅਲਾਪਣੀ ਹੈ, ਆਪ ਆਪਣੇ ਅੰਦਰੋਂ ਕੱਢਣੀ ਹੈ। ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨ, ਇਸ ਦੇ ਚ ਧਿਆਨ ਜੋੜਨਾ। ਇਹ ਇੱਕ ਮਿੰਟ ਵੀ ਨਹੀਂ ਕਰ ਸਕੋਗੇ, ਕਰਕੇ ਵੇਖ ਲੈਣਾ। ਇੱਕ ਮਿੰਟ ਬਹੁਤ ਜ਼ਿਆਦਾ, ਅੱਧਾ ਮਿੰਟ ਵੀ ਨਹੀਂ ਕਰ ਸਕੋਗੇ। ਅੱਧਾ ਮਿੰਟ ਵੀ ਬਹੁਤ ਜ਼ਿਆਦਾ ਹੈ, ਇੱਕ ਸੈਕਿੰਡ ਕਰਨਾ ਵੀ ਔਖੀ ਗੱਲ ਹੈ, ਇੱਕ ਸੈਕਿੰਡ। ਤੇ ਅਗਰ ਕੋਈ ਇੱਕ ਸੈਕਿੰਡ ਵਾਸਤੇ ਵੀ ਸ਼ਬਦ ਤੇ ਸੁਰਤ ਨੂੰ ਜੋੜ ਸਕੇ, ਧੁਨ ਤੇ ਧਿਆਨ ਨੂੰ ਇੱਕ ਕਰ ਸਕੇ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ, ਉਸਦੇ ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟੇ ਜਾਂਦੇ ਨੇ। ਇੱਕ ਚਿੱਤ ਜੈ ਇੱਕ ਛਿੰਨ ਲਿਆਇਓ, ਕਾਲ ਫਾਸ ਕੇ ਵੀਚਣਾ। ਘੰਟਾ ਦੋ ਘੰਟਾ ਅਸੀਂ ਕੀਰਤਨ ਇਸ ਵਾਸਤੇ ਸੁਣਨਾ ਹੈ, ਕਥਾ ਇਸ ਵਾਸਤੇ ਸੁਣਨੀ ਹੈ, ਨਿਤਨੇਮ ਇਸ ਵਾਸਤੇ ਕਰਨਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਉਹ ਇੱਕ ਛਿੰਨ ਆਵੇ ਜਿੱਥੇ ਸ਼ਬਦ ਤੇ ਸੁਰਤ ਇੱਕ ਹੋ ਜਾਣ, ਜਿੱਥੇ ਧੁਨ ਤੇ ਧਿਆਨ ਇੱਕ ਹੋ ਜਾਣ। ਜਿਸ ਦਾ ਧੁਨ ਤੇ ਧਿਆਨ ਇੱਕ ਹੋ ਗਿਆ, ਇਸ ਤਰ੍ਹਾਂ ਦੇ ਮਨੁੱਖ ਕੋਈ ਸਾਨੂੰ ਸੈਕੜਿਆਂ ਵਿੱਚ ਇੱਕ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਕਰੋੜਾਂ 'ਚ ਇੱਕ ਕਰ ਲੈਣਗੇ। ਜਨ ਨਾਨਕ ਉਹ ਤਨਮੇ ਕਿਨੂ ਨਾਰਾਇਣ ਜਹ ਜੀ, ਕਰੋੜਾਂ 'ਚ। ਇਸ ਵਕਤ 4 ਅਰਬ ਦੇ ਕਰੀਬ ਆਬਾਦੀ ਹੈ ਜ਼ਮੀਨ ਦੇ ਉੱਤੇ ਮਨੁੱਖਾਂ ਦੀ, ਤੇ ਜੇ ਕਰੋੜਾਂ 'ਚ ਹੀ 2-4 ਨੇ, ਤਾਂ ਤੁਸੀਂ ਖੁਦ ਅੰਦਾਜ਼ਾ ਲਗਾਉਣਾ ਜਿਨ੍ਹਾਂ ਦਾ ਧੁਨ ਤੇ ਧਿਆਨ ਇੱਕ ਹੋ ਗਿਆ, ਕੁੱਲ ਕਿਤਨੇ ਆਉਂਦੇ ਜ਼ਮੀਨ ਦੇ ਉੱਤੇ? ਬਹੁਤ ਥੋੜ੍ਹੇ, ਬਹੁਤ ਥੋੜ੍ਹੇ। ਦੋ ਹੱਥਾਂ ਦੀਆਂ ਉਂਗਲੀਆਂ ਤੇ ਗਿਣ ਲਓ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੀ ਸੁਰਤ ਤੇ ਸ਼ਬਦ ਇੱਕ ਹੋ ਗਈ। ਸ਼ਬਦ ਇੱਕ ਪਾਸੇ ਜਾਵੇ, ਸੁਰਤ ਇੱਕ ਪਾਸੇ ਜਾਵੇ, ਤੇ ਸਾਰੇ ਹੀ ਕਰਦੇ ਨੇ। ਪਰ ਸ਼ਬਦ ਤੇ ਸੁਰਤ ਇੱਕ ਹੋ ਗਈ, ਧੁਨ ਤੇ ਧਿਆਨ ਇੱਕ ਹੋ ਗਿਆ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਜਿੱਥੇ ਧੁਨ ਤੇ ਧਿਆਨ ਇੱਕ ਹੋ ਗਏ ਨੇ, ਸਾਹਿਬ ਕਹਿੰਦੇ ਨੇ ਉਸ ਬੰਦੇ ਦੇ ਅੰਦਰ ਕੁਛ ਲੱਛਣ ਪ੍ਰਗਟ ਹੁੰਦੇ ਨੇ, ਲੱਛਣ ਕੁਛ ਖਾਸੀਅਤਾਂ ਪ੍ਰਗਟ ਹੁੰਦੀਆਂ ਨੇ, ਤੇ ਉਹਨਾਂ ਤੋਂ ਪਤਾ ਚੱਲਦਾ ਵੀ ਇੱਥੇ ਸ਼ਬਦ ਤੇ ਸੁਰਤ ਇੱਕ ਹੋ ਗਈ। ਉਹ ਜਿਹੜੀਆਂ ਖਾਸੀਅਤਾਂ ਨੇ, ਉਹ ਜਿਹੜੇ ਲੱਛਣ ਨੇ, ਉਹ ਗੁਰੂ ਅਰਜਨ ਦੇਵ ਜੀ ਨੇ 6 ਲਿਖੇ ਨੇ। 6 ਸ਼ਬਦ ਨੂੰ ਆਧਾਰ ਬਣਾ ਕੇ ਇਹ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਸੰਸਕ੍ਰਿਤ ਦਾ ਸਲੋਕ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਉਹਨਾਂ ਦਾ ਫਰਮਾਨ ਹੈ, ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵੱਜਨ ਹੈ। ਖੱਟ ਕਹਿੰਦੇ ਨੇ 6 ਨੂੰ, ਸੰਸਕ੍ਰਿਤ ਦੇ ਵਿੱਚ 6 ਨੂੰ ਖੱਟ ਕਹਿੰਦੇ ਨੇ। ਖੱਟ 6 ਲੱਛਣ ਨੇ ਪੂਰਨ ਪੁਰਖ ਦੇ, ਮੁਕੰਮਲ ਇਨਸਾਨ ਦੇ, ਪੂਰਨ ਇਨਸਾਨ ਦੇ। ਪੂਰਨ ਇਨਸਾਨ ਉਹ ਹੀ ਹੈ ਜਿਹੜਾ ਪੂਰਨ ਦੇ ਨਾਲ ਜੁੜ ਗਿਆ। ਤੇ ਪੂਰਨ ਕੌਣ ਹੈ? ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ।
ਪੂਰਨ ਪਰਮੇਸ਼ਵਰ ਹੈ ਤੇ ਪੂਰਨ ਨਾਲ ਜੁੜ ਕੇ ਹੀ ਬੰਦਾ ਪੂਰਨ ਹੁੰਦਾ, ਵਰਨਾ ਅਧੂਰਾ ਹੀ ਰਹਿੰਦਾ, ਬਿਲਕੁਲ ਅਧੂਰਾ ਰਹਿੰਦਾ। ਦੋ ਲਫ਼ਜ਼ ਮੈਂ ਫਿਰ ਦੁਹਰਾ ਰਿਹਾ ਕਿ ਬੰਦਾ ਆਇਆ ਪੂਰਨ ਹੋਣ ਵਾਸਤੇ, ਅਧੂਰਾਪਣ ਬੇਚੈਨ ਕਰਦਾ, ਅਧੂਰਾਪਣ ਦੁਖੀ ਕਰਦਾ, ਅਧੂਰਾਪਣ ਪਰੇਸ਼ਾਨ ਕਰਦਾ। ਜਿੰਨੇ ਚਿਰ ਤੱਕ ਬੰਦਾ ਪੂਰਨ ਨਾ ਹੋਵੇ, ਪੂਰਾ ਨਾ ਹੋਵੇ, ਆਨੰਦ ਨਹੀਂ ਬਣਦਾ। ਤੇ ਪੂਰਾ ਉਦੋਂ ਹੁੰਦਾ ਜਦ ਪੂਰਨ ਨਾਲ ਜੁੜੇ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਮਰ ਜਾਏ ਤੇ ਲੋਕੀ ਕਹਿੰਦੇ ਪੂਰਾ ਹੋ ਗਿਆ, ਇਹ ਬਈ ਪੂਰਾ ਹੋ ਗਿਆ। ਨਹੀਂ, ਪੂਰਨ ਨਾਲ ਜੁੜੇ ਬਿਨਾਂ ਕੋਈ ਪੂਰਾ ਨਹੀਂ ਹੁੰਦਾ। ਉਸੇ ਦਿਨ ਬੰਦਾ ਮੁਕੰਮਲ ਹੁੰਦਾ, ਪੂਰਨ ਹੁੰਦਾ, ਜਿਸ ਦਿਨ ਪੂਰਨ ਨਾਲ ਜੁੜਦਾ। ਤੋ ਇਹ ਪੂਰਨ ਨਾਲ ਜੁੜ ਗਿਆ, ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਕਿਉਂਕਿ ਅਸੀਂ ਪਹਿਚਾਣ ਕਰ ਲੈਂਦੇ ਹਾਂ ਬਾਹਰ ਦੇ ਲੱਛਣਾਂ ਕਰਕੇ ਮਨੁੱਖ ਦੀ, ਭਗਤ ਦੀ ਪਹਿਚਾਣ ਕਿਸ ਤਰ੍ਹਾਂ ਕਰਾਂਗੇ? ਸਾਹਿਬ ਕਹਿੰਦੇ ਉਹਦੇ ਅੰਦਰ 6 ਲੱਛਣ ਹੋਣਗੇ, ਉਹਦੀ ਇੱਕ ਮਨ ਦੀ ਅਵਸਥਾ ਹੋਵੇਗੀ। ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸੁਭਜਨੇ। 6 ਲੱਛਣ ਹੁੰਦੇ ਨੇ ਪੂਰਨ ਪੁਰਖ ਦੇ, ਉਹਨੂੰ ਸਾਧੂ ਕਹਿੰਦੇ ਨੇ, ਭਗਤ ਕਹਿੰਦੇ ਨੇ, ਸੰਤ ਕਹਿੰਦੇ ਨੇ, ਗੁਰਸਿੱਖ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ। 6 ਲੱਛਣ, ਤੇ ਇਹ 6 ਲੱਛਣ ਗਿਣ ਕੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਥੋੜ੍ਹਾ ਜਿਹਾ ਫਿਰ ਆਪਣਾ ਨਿਰਣਾ ਕਰਨਾ ਹੈ ਕਿ ਇਹ 6 ਲੱਛਣ ਅੰਦਰ ਪ੍ਰਗਟ ਹੋਏ ਨੇ ਜਾਂ ਨਹੀਂ, ਜਾਂ 5 ਹੋਏ ਨੇ, ਚਲੋ 4 ਹੋਏ ਨੇ, ਜਾਂ 3 ਲੱਛਣ ਪ੍ਰਗਟ ਹੋਏ ਹੋਵਣ, 2 ਪ੍ਰਗਟ ਹੋਏ ਹੋਵਣ, 1 ਹੋਵੇ, ਤੇ ਜੇ 6 ਵਿੱਚ 1 ਵੀ ਨਹੀਂ ਤਾਂ ਗੁਸਤਾਖੀ ਮਾਫ। ਅਸੀਂ ਗੁਰਦੁਆਰੇ ਜ਼ਰੂਰ ਆਉਂਦੇ ਰਹੇ ਹਾਂ, ਗੁਰੂ ਦੇ ਨੇੜੇ ਨਹੀਂ ਜਾਂਦੇ। ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤੱਕ ਅਪਣਨਾ, ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ। ਤੋ 6 ਲੱਛਣ ਮੇਰੇ ਪਾਤਸ਼ਾਹ ਨੇ ਦੱਸੇ ਨੇ, ਪੜ੍ਹ ਕੇ ਸਲੋਕ ਮੈਂ ਤੁਹਾਡੇ ਸਾਹਮਣੇ ਰੱਖਾਂ, ਫਿਰ ਵਜ਼ਾਹਤ ਕਰਾਂਗਾ। ਮੰਤਰੰ ਰਾਮ ਰਾਮ ਨਾਮੰ ਗਿਆਨੰ ਸਰਬਤ੍ਰ ਪੂਰਣੇ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਦੂਸਰਾ, ਤੀਸਰਾ, ਦਿਆਲੰ ਸਰਬਤ੍ਰ ਜੀਆ ਪੰਚ ਦੋਖ ਵਿਵਰਜਤੇ, ਚੌਥਾ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹੇ, ਪੰਜਵਾਂ, ਉਪਦੇਸ਼ਨ ਸੰਮਿਤ੍ਰ ਸਤ੍ਰ ਭਗਵੰਤ ਭਗਤ ਭਾਵਨੇ, ਛੇਵਾਂ, ਪਰਨਿੰਦਾਨ ਸਰੋਤ ਸਰਵਣ ਆਪ ਤਿਆਗ ਸਗਲ ਰਹਿਣ ਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸੁਰਜਣ। ਸਾਹਿਬ ਕਹਿੰਦੇ ਇਹ 6 ਲੱਛਣ ਹੁੰਦੇ ਨੇ ਪੂਰਨ ਪੁਰਖ ਵਿੱਚ, 6 ਲੱਛਣ ਹੁੰਦੇ ਨੇ ਭਗਤ ਵਿੱਚ। ਤੇ ਹੁਣ ਕਿਧਰੇ ਹੋਰ ਬਾਹਰਲੀਆਂ ਗੱਲਾਂ ਕਰਕੇ ਭਗਤ ਨੂੰ, ਸੰਤ ਨੂੰ, ਮਹਾਤਮਾ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨਾ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਆਪ ਲਿਖ ਦਿੱਤੇ ਨੇ, ਖਟ ਲੱਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸੁਰਜਣੇ। ਕਿਸੇ ਕੱਪੜਿਆਂ ਤੋਂ ਸਾਧੂ ਦੀ ਨਹੀਂ ਪਹਿਚਾਣ ਆਉਂਦੀ, ਮਾਲਾ ਤੋਂ ਨਹੀਂ ਆਉਂਦੀ, ਹੋਰ ਲੰਬੇ ਚੌੜੇ ਵੇਸ਼ ਭੂਸ਼ਾ ਤੋਂ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਦੇ ਹਾਂ, ਧਰਮੀ ਦਿਸ ਪੈਣਾ ਇੱਕ ਸ਼ਿੰਗਾਰ ਹੈ, ਹੋਰ ਕੁਛ ਨਹੀਂ ਹੈ। ਧਰਮੀ ਹੋ ਜਾਣਾ ਇੱਕ ਸਾਧਨਾ, ਇੱਕ ਮਿਹਨਤ ਹੈ, ਇੱਕ ਤਪੱਸਿਆ ਹੈ। ਤੋ 6 ਲੱਛਣਾਂ ਵਿੱਚੋਂ ਪਹਿਲਾ ਲੱਛਣ ਮੇਰੇ ਪਾਤਸ਼ਾਹ ਕਹਿੰਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤ੍ਰ ਪੂਰਣੇ।
ਨਾਮ ਵਾਸਤਵਿਕ ਕੀ ਹੈ ਇਸ ਦੀ ਲੰਬੀ ਚੌੜੀ ਵਿਆਖਿਆ ਤੇ ਕਿਸੇ ਵਕਤ ਮੈਂ ਫਿਰ ਕਰਾਂਗਾ। ਪਰ ਵਸਤੂ ਦੀ ਪਹਿਚਾਣ ਮਾਤਰ ਵਾਸਤੇ ਨਾਮ ਸਾਨੂੰ ਰੱਖਣਾ ਪੈਂਦਾ। ਪਰਮਾਤਮਾ ਦੀਆਂ ਜਿਹੜੀਆਂ ਜਿਹੜੀਆਂ ਖੂਬੀਆਂ ਭਗਤਾਂ ਦੇ ਸਾਹਮਣੇ ਆਈਆਂ, ਭਗਤਾਂ ਨੇ ਪਰਮਾਤਮਾ ਨੂੰ ਨਾਮ ਦਿੱਤੇ ਨੇ। ਕ੍ਰਿਸ਼ਨ ਰਾਮ ਹੈ, ਮਧਸੂਦਨ ਹੈ, ਅਲਕ ਨਿਰੰਜਨ ਹੈ, ਕਰਤਾਰ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ। ਇਸ ਤਰ੍ਹਾਂ ਇਸਲਾਮੀ ਜਗਤ ਵਿੱਚ ਨਾਮ ਨੇ, ਖੁਦਾ ਹੈ, ਅੱਲਾ ਹੈ। ਜੈਸੀ ਜੈਸੀ ਖੂਬੀਆਂ ਵੇਖੀਆਂ ਨੇ, ਉਹਨਾਂ ਖੂਬੀਆਂ ਦੇ ਆਧਾਰ ਦੇ ਉੱਤੇ ਪਰਮਾਤਮਾ ਨੂੰ ਨਾਮ ਦਿੱਤਾ ਗਿਆ। ਉਂਝ ਪਰਮਾਤਮਾ ਦਾ ਕੋਈ ਨਾਮ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਆਪ ਪੜ੍ਹਦੇ ਹੋ ਨਾ, ਤੁਹਾਡੇ ਵਿੱਚ ਜੋ ਵੀ ਪੜ੍ਹਦਾ ਹੋਵੇਗਾ, ਇਹ ਪੰਕਤੀਆਂ ਆਉਂਦੀਆਂ ਨੇ ਜਾਪ ਸਾਹਿਬ ਵਿੱਚ, ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਾਮ ਨਹੀਂ, ਤੂੰ ਅਨਾਮੀ, ਤੈਨੂੰ ਨਾਮ ਦਿੱਤਾ ਜਾਂਦਾ ਉਂਝ ਤੇਰਾ ਕੋਈ ਨਾਮ ਨਹੀਂ। ਅਠਾਮ ਹੈ, ਤੇਰਾ ਕੋਈ ਥਾਂ ਨਹੀਂ। ਇਹ ਨਹੀਂ ਆਖਿਆ ਜਾ ਸਕਦਾ ਤੂੰ ਫਲਾਣੀ ਥਾਂ ਤੇ ਰਹਿੰਦਾ, ਐਸਾ ਕੋਈ ਥਾਂ ਨਹੀਂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਵੀ ਫਰਮਾਨ ਕਰਦੇ ਨੇ, ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾਮ। ਵੀ ਤੇਰਾ ਨਾਮ ਕੀ ਹੈ ਸਾਹਿਬ ਕਹਿੰਦੇ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਮੈਨੂੰ ਕੋਈ ਬੋਧ ਨਹੀਂ। ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਮੈਂ ਕੀ ਬਖਾਨ ਕਰਾਂ, ਮੈਨੂੰ ਪਤਾ ਹੀ ਨਹੀਂ ਤੇਰਾ ਨਾਮ ਕੀ ਹੈ। ਅਨਾਮੇ ਅਠਾਮੇ, ਇਹ ਜਾਪ ਸਾਹਿਬ ਦੇ ਦੁਬਾਰਾ ਆਉਂਦਾ, ਅਨਾਮੇ ਅਠਾਮੇ, ਤੇਰਾ ਕੋਈ ਨਾਮ ਨਹੀਂ। ਪਰ ਪਹਿਚਾਣ ਮਾਤਰ ਵਾਸਤੇ ਨਾਮ ਦੇਣਾ ਸੀ। ਜੈਸੀ ਜੈਸੀ ਖਾਸੀਅਤ, ਜੈਸੀ ਜੈਸੀਆਂ ਖੂਬੀਆਂ ਪਰਿਪੂਰਨ ਪਰਮਾਤਮਾ ਦੀਆਂ ਵੇਖੀਆਂ ਗਈਆਂ, ਵੈਸੇ ਵੈਸੇ ਨਾਮ ਦੇ ਦਿੱਤੇ ਗਏ। ਤੋ ਜਦ ਮਹਿਸੂਸ ਹੋਇਆ ਭਗਤਾਂ ਨੂੰ ਉਹ ਰਮਿਆ ਹੋਇਆ, ਤਾਂ ਉਹਨਾਂ ਦੀ ਰਸਨਾ ਤੋਂ ਨਿਕਲਿਆ ਰਾਮ। ਰਾਮ ਦੇ ਅਖਰੀ ਅਰਥ ਨੇ ਰਮਿਆ ਹੋਇਆ। ਸਹਿਨਸਰ ਨਾਮਾ ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਸਹਿਨਸਰ ਨਾਮਾ, ਸਹਿਨਸ ਕਹਿੰਦੇ ਹਜ਼ਾਰ, ਤੇਰੇ ਹਜ਼ਾਰਾਂ ਨਾਮ, ਸਹਿਨਸਰ ਨਾਮਾ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਉਸ ਬਾਣੀ ਵਿੱਚ ਮੇਰੇ ਪਾਤਸ਼ਾਹ ਰਾਮ ਦੇ ਅਰਥ ਕਰਦੇ ਨੇ। ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪੇ। ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਉਹਨੂੰ ਕਹਿੰਦੇ ਨੇ ਸ਼੍ਰੀ ਰਾਮ। ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪੇ। ਕਹਿੰਦੇ ਨੇ ਪ੍ਰਹਿਲਾਦ ਰਾਮ ਰਾਮ ਜਪਦਾ ਸੀ ਤੇ ਪ੍ਰਹਿਲਾਦ ਦਸ਼ਰਥ ਨੰਦਨ ਸ਼੍ਰੀ ਰਾਮ ਜੋ ਰਾਜਾ ਰਾਮ ਅਯੋਧਿਆ ਦੇ ਹੋਏ, ਉਹਨਾਂ ਤੋਂ ਸੈਂਕੜੇ ਸਾਲ ਪਹਿਲੇ ਹੋਇਆ। ਕੌਣ ਪ੍ਰਹਿਲਾਦ? ਰਾਮ ਜਪਦਾ ਸੀ, ਉਹਦੀ ਰਸਨਾ ਤੇ ਰਾਮ ਹੁੰਦਾ ਸੀ। ਰਾਮ ਦੇ ਅਰਥ ਕਰਦੇ ਨੇ ਗੁਰੂ ਅਰਜਨ ਦੇਵ ਜੀ, ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਜਿਹੜਾ ਰਮਿਆ ਹੋਇਆ ਉਹਨੂੰ ਕਹਿੰਦੇ ਨੇ ਸ਼੍ਰੀ ਰਾਮ। ਇਹ ਇੱਕ ਸਫਾਤੀ ਨਾਮ ਹੈ, ਤਹੱਲੁਸ ਹੈ ਪਰਿਪੂਰਨ ਪਰਮਾਤਮਾ ਦਾ। ਤੋ ਸਹਿਨਸਰ ਨਾਮੇ ਵਿੱਚ ਬਹੁਤ ਸਾਰੇ ਨਾਮ ਨੇ ਤੇ ਹਰ ਨਾਮ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਆਪ ਕਰਦੇ ਨੇ। ਔਰ ਸਾਹਿਬਾਂ ਨੇ
ਆਪਣੀ ਇੱਕ ਅਗੰਮੀ ਪੰਕਤੀ ਦੇ ਸਾਫ਼ ਕਹਿ ਦਿੱਤਾ ਹੈ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਅਸੀਂ ਸਦਕੇ ਜਾਂਦੇ ਹਾਂ ਜਿਤਨੇ ਤੇਰੇ ਨਾਮ ਨੇ, ਅਤੇ ਜਿਸ ਜਿਸ ਨਾਮ ਦੇ ਨਾਲ ਜਿਸਨੇ ਤੈਨੂੰ ਯਾਦ ਕੀਤਾ ਹੈ, ਅਸੀਂ ਹਰ ਨਾਮ ਤੋਂ ਸਦਕੇ ਜਾਂਦੇ ਹਾਂ, ਅਸੀਂ ਹਰ ਨਾਮ ਤੋਂ ਕੁਰਬਾਨ ਜਾਂਦੇ ਹਾਂ। ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਨੇ ਅਸੀਂ ਕੁਰਬਾਨ ਜਾਂਦੇ ਹਾਂ। ਕਿਤਨੇ ਨਾਮ ਨੇ ਸਾਹਿਬ ਕਹਿਣ, ਕੋਈ ਕੁਛ ਜਪਦਾ ਪਿਆ, ਕੋਈ ਕੁਛ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਕੋਈ ਸੇਵੇ ਗੁਸਾਈਆਂ ਕੋਈ ਅਲਾ, ਕੋਈ ਗੁਸਾਈ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ। ਸਾਹਿਬ ਕਹਿੰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ, ਅਸੀਂ ਸਦਕੇ ਜਾਂਦੇ ਹਾਂ ਜਿਤਨੇ ਤੇਰੇ ਨਾਮ ਨੇ, ਅਤੇ ਜਿਸ ਜਿਸ ਨਾਮ ਦੇ ਵਿੱਚ ਹੀ ਜਿਸਨੇ ਰਟਨ ਕੀਤਾ ਹੈ, ਦਿਲੋਂ ਗੱਲ ਬਣ ਗਈ, ਕਿਉਂਕਿ ਉਂਝ ਤਾਂ ਉਸਦਾ ਕੋਈ ਨਾਮ ਹੈ ਨਹੀਂ, ਪਹਿਚਾਣ ਮਾਤਰ ਵਾਸਤੇ ਹੀ ਉਸ ਦੀਆਂ ਕੁਝ ਖੂਬੀਆਂ ਨੂੰ ਸਾਹਮਣੇ ਰੱਖ ਕੇ ਜਿਹੜਾ ਵੀ ਨਾਮ ਰੱਖਿਆ ਗਿਆ ਉਹਦੇ ਨਾਲ ਉਹ ਪ੍ਰਗਟ ਹੋਇਆ। ਇਸ ਵਾਸਤੇ ਸਾਹਿਬ ਫਰਮਾਨ ਕਰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ। ਵਾਸਤਵਿਕ ਐਸੇ ਨਾਮਾਂ ਨੂੰ ਕਹਿੰਦੇ ਨੇ ਸਫਾਤੀ ਨਾਮ, ਤਖਲੁਸ। ਕੋਈ ਖੂਬੀਆਂ ਦੇਖੀਆਂ ਭਗਤਾਂ ਨੇ ਤੇ ਨਾਮ ਰੱਖ ਛੱਡੇ। ਗੁਰੂ ਨਾਨਕ ਨੇ ਇੱਕ ਖੂਬੀ ਦੇਖੀ ਕਿ ਪਰਮਾਤਮਾ ਵਿੱਚ ਇਹ ਸਿਫਤ ਹੈ, ਜਿਹੜਾ ਉਸਦੇ ਨੇੜੇ ਆਉਂਦਾ ਹੈ ਉਸ ਬੰਦੇ ਦਾ ਅੰਧੇਰਾ ਮਿਟ ਜਾਂਦਾ ਹੈ, ਅੰਧਕਾਰ। ਅੰਧਕਾਰ ਵਿੱਚ ਬੰਦਾ ਭਟਕਦਾ, ਜਦ ਕੁਛ ਦਿਖਾਈ ਨਾ ਦੇਵੇ ਤੇ ਠੋਕਰਾਂ ਖਾਵੇਗਾ। ਜਿਹੜਾ ਰੱਬ ਦੇ ਨੇੜੇ ਆਵੇ, ਰੱਬ ਇੱਕ ਪ੍ਰਕਾਸ਼ ਹੈ, ਇੱਕ ਨੂਰ ਹੈ, ਇੱਕ ਚੰਨ ਹੈ, ਉਹਦਾ ਅੰਧੇਰਾ ਮਿਟ ਜਾਂਦਾ। ਔਰ ਜਿਉਂ ਉਸ ਪ੍ਰਕਾਸ਼ ਨੂੰ ਵੇਖਦਾ ਤੇ ਬੰਦਾ ਬਿਸਮਾਦ ਹੋ ਜਾਂਦਾ, ਆਸ਼ਚਰਜ ਹੋ ਜਾਂਦਾ। ਇਸ ਵਾਸਤੇ ਸਾਹਿਬਾਂ ਨੇ ਨਾਮ ਰੱਖਿਆ ਵਾਹਿਗੁਰੂ। ਹੇ ਈਸ਼ਵਰ, ਤੂੰ ਆਸ਼ਚਰਜ ਹੈ, ਬਿਸਮਾਦ ਹੈ। ਇਹ ਸਾਰਾ ਨਿਜ਼ਾਮ ਪੰਜ ਪਿਆਰਿਆਂ ਦੇ ਹਵਾਲੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਖੈਰ, ਮੁਖਤਸਰ ਰੂਪ ਵਿੱਚ ਮੈਂ ਅਰਜ਼ ਕਰਾਂ, ਜਿਹੜੇ ਛੇ ਲਕਸ਼ਣ ਨੇ ਉਹਨਾਂ ਛੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤ੍ਰ ਪੂਰਣੇ। ਉਹਦੀ ਰਸਨਾ ਦਿੱਤੇ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਹੈ ਉਹਦਾ ਨਾਮ ਹੋਵੇਗਾ। ਇਹ ਪਹਿਲਾ ਲਕਸ਼ਣ ਹੈ, ਰਸਨਾ ਦਿੱਤੇ। ਇਹ ਨਾ ਸਮਝ ਪਈ ਵਾਹਿਗੁਰੂ ਵਾਹਿਗੁਰੂ ਕੋਈ ਕਹਿ ਦਿੰਦਾ, ਰਾਮ ਰਾਮ ਕੋਈ ਕਹਿ ਦਿੰਦਾ, ਨਹੀਂ। ਉਹ ਜਿਉਂ ਆਖੇਗਾ ਰਾਮ, ਉਹ ਜਿਉਂ ਆਖੇਗਾ ਵਾਹਿਗੁਰੂ, ਆਖਦਿਆਂ ਉਸਨੂੰ ਰਸ ਆਵੇਗਾ, ਉਂਝ ਨਹੀਂ ਕਹੇਗਾ, ਉਹ ਕਹਿੰਦਿਆਂ ਹੀ ਰਸ ਦੇ ਚ ਡੁੱਬੇਗਾ, ਉਹਨੂੰ ਆਖਦਿਆਂ ਹੀ ਸਵਾਦ ਆਵੇਗਾ। ਬਸ ਇਹ ਉਸਦਾ ਪਹਿਲਾ ਲਕਸ਼ਣ ਹੈ। ਅੰਜ ਸਾਡੀ ਤਰ੍ਹਾਂ ਵਾਹਿਗੁਰੂ ਨਹੀਂ ਕਹਿ ਦੇਗਾ, ਵਾਹਿਗੁਰੂ ਕਹਿ ਦਿੱਤਾ ਗੱਲ ਕੁਝ ਬਣੀ ਨਹੀਂ, ਰਾਮ ਕਹਿ ਦਿੱਤਾ ਗੱਲ ਕੁਝ ਬਣੀ ਨਹੀਂ। ਉਹ ਜਦ ਵਾਹਿਗੁਰੂ ਆਖੇਗਾ, ਆਖਦਿਆਂ ਹੀ ਰਸ ਬਣੇਗਾ। ਜਿਵੇਂ ਭੋਜਨ ਦੀ ਬੁਰਕੀ ਮੂੰਹ ਚ ਪਾਈਏ ਤੇ ਸਵਾਦ ਆਉਂਦਾ ਹੈ, ਜ਼ਬਾਨ ਚੋਂ ਜਿਉਂ ਰੱਬ ਦਾ ਨਾਂ ਉਚਾਰਨ ਕਰੇਗਾ, ਉਚਾਰਨ ਕਰਦਿਆਂ ਹੀ ਸਵਾਦ ਆਵੇਗਾ, ਉਚਾਰਨ ਕਰਦਿਆਂ ਹੀ ਰਸ ਨਾਲ ਭਰ ਜਾਏਗਾ। ਇਹ ਪਹਿਲਾ ਲਕਸ਼ਣ ਹੈ ਉਸਦਾ। ਮੰਤਰਨ ਰਾਮ ਰਾਮ ਨਾਮ ਧਿਆਨੰ ਸਰਵਤ੍ਰ ਪੂਰਣੇ। ਜਿਸ ਵਕਤ ਉਹ ਨਾਮ ਦਾ ਉਚਾਰਨ ਕਰੇਗਾ, ਸਾਹਿਬ ਕਹਿੰਦੇ ਪੂਰਨ ਰੂਪ ਵਿੱਚ ਧਿਆਨ ਉਹਦੇ ਵਿੱਚ ਹੋਵੇਗਾ, ਸ਼ਬਦ ਤੇ ਸੁਰਤ ਇੱਕ ਹੋਵੇਗੀ, ਦੁਨ ਤੇ ਧਿਆਨ ਇੱਕ ਹੋਵੇਗਾ। ਹੁਣ ਇਹ ਤੇ ਹੈ ਪਹਿਲਾ ਲਕਸ਼ਣ। ਦੂਜਾ ਕਿਹੜਾ? ਸਾਹਿਬ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਇਸ ਚੱਕਰ ਚ ਨਾ ਪੈਣਾ ਕਿ ਭਗਤਾਂ ਦੇ ਕੋਲ ਦੁੱਖ ਨਹੀਂ ਆਉਂਦੇ,
ਪਤਾ ਨਹੀਂ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ, ਆਮ ਸੰਸਾਰੀਆਂ ਨਾਲੋਂ ਭਗਤਾਂ ਕੋਲ ਦੁੱਖ ਜ਼ਿਆਦਾ ਹੁੰਦੇ ਨੇ, ਬਹੁਤ ਜ਼ਿਆਦਾ ਹੁੰਦੇ ਨੇ। ਬਈ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ, ਇਸ ਚੱਕਰ ਵਿੱਚ ਵੀ ਕਦੀ ਨਾ ਪੈਣਾ, ਦੁੱਖ ਰਹਿੰਦੇ ਨੇ, ਬੜੇ ਬੜੇ ਦੁੱਖ ਰਹਿੰਦੇ ਨੇ। ਸਾਹਿਬ ਇੱਥੇ ਕਹਿ ਰਹੇ ਨੇ ਦੂਜਾ ਲੱਛਣ ਉਸਦਾ ਇਹ ਆਉਂਦਾ ਕਿ ਉਹਦੇ ਵਾਸਤੇ ਦੁੱਖ ਤੇ ਸੁੱਖ ਇੱਕੋ ਕੁਛ, ਦੁੱਖ ਸੁੱਖ ਏਕ ਸਮਾਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਠੀ ਮਾਨੇ। ਉਹ ਸੁੱਖ ਦੁੱਖ ਤੋਂ ਉੱਚਾ ਹੁੰਦਾ, ਉਸਨੂੰ ਇੱਕ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਕੋਈ ਵੀ ਸੁੱਖ ਇਕੱਲਾ ਸੁੱਖ ਨਹੀਂ ਹੈ, ਹਰ ਸੁੱਖ ਦੁੱਖ ਨਾਲ ਜੁੜਿਆ ਹੋਇਆ ਹੈ, ਹਰ ਜਨਮ ਮੌਤ ਨਾਲ ਜੁੜੀ ਹੋਈ ਹੈ, ਹਰ ਹਾਸਾ ਰੋਣੇ ਦੇ ਨਾਲ ਜੁੜਿਆ ਹੋਇਆ ਹੈ, ਹਰ ਤੰਦਰੁਸਤੀ ਬਿਮਾਰੀ ਦੇ ਨਾਲ ਜੁੜੀ ਹੋਈ ਹੈ, ਹਰ ਇੱਜ਼ਤ ਬੇਇੱਜ਼ਤੀ ਦੇ ਨਾਲ ਜੁੜੀ ਹੋਈ ਹੈ, ਹਰ ਨਫਾ ਨੁਕਸਾਨ ਦੇ ਨਾਲ ਜੁੜਿਆ ਹੋਇਆ ਹੈ, ਇਸ ਤਰ੍ਹਾਂ ਜੈਸੇ ਹਰ ਦਿਨ ਰਾਤ ਦੇ ਨਾਲ ਜੁੜਿਆ ਹੋਇਆ। ਇਕੱਲਾ ਕੁਛ ਵੀ ਨਹੀਂ, ਇਕੱਲਾ ਸੁੱਖ ਨਹੀਂ ਆਉਂਦਾ, ਸੁੱਖ ਦੁੱਖ ਦੇ ਨਾਲ ਜੁੜਿਆ ਹੋਇਆ। ਇਕੱਲੀ ਜ਼ਿੰਦਗੀ ਨਹੀਂ ਆਉਂਦੀ, ਜ਼ਿੰਦਗੀ ਮੌਤ ਦੇ ਨਾਲ ਜੁੜੀ ਹੋਈ ਹੈ। ਇਕੱਲੇ ਹਾਸੇ ਨਹੀਂ ਆਉਂਦੇ, ਹਾਸੇ ਰੋਣਿਆਂ ਦੇ ਨਾਲ ਜੁੜੇ ਹੋਏ ਨੇ। ਇਕੱਲੀ ਤੰਦਰੁਸਤੀ ਨਹੀਂ ਆਉਂਦੀ, ਤੰਦਰੁਸਤੀ ਬਿਮਾਰੀਆਂ ਦੇ ਨਾਲ ਜੁੜੀ ਹੋਈ ਹੈ। ਕਦੀ ਬਹੁਤ ਮੁਤਾਲਾ ਕਰਕੇ ਵੇਖਣਾ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਫੂਲ ਖਿਲਤਾ ਹੈ ਮੁਰਝਾਨੇ ਕਾ ਤਖੀਅਲ ਲੇਕਰ, ਜਿਸੇ ਹਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਕਹਿੰਦਾ ਜਿਹੜਾ ਖਿੜ ਖਿੜਾ ਕੇ ਹੱਸਦਾ ਪਿਆ, ਉਹਦੇ ਹਾਸੇ ਦੇ ਥੱਲੇ ਰੋਣਾ ਛੁਪਿਆ ਪਿਆ। ਪੰਜਾਬ ਵਿੱਚ ਅਜੇ ਵੀ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਕਿਧਰੇ ਬੱਚਾ ਬਹੁਤਾ ਹੱਸੇ ਨਾ ਤੇ ਰੋਕਦੀਆਂ ਨੇ, ਬਹੁਤ ਨਾ ਹੱਸ ਨਹੀਂ ਤੇ ਰੋਣ ਲੱਗਣਾ ਹੈ, ਕਿਉਂਕਿ ਹਾਸੇ ਤੋਂ ਬਾਅਦ ਰੋਣਾ ਹੀ ਔਰ ਕੀ ਹੈ। ਹਰ ਹਾਸਾ ਰੋਣੇ ਦੇ ਨਾਲ ਜੁੜਿਆ ਹੋਇਆ ਹੈ, ਹਰ ਜਨਮ ਮੌਤ ਨਾਲ ਜੁੜੀ ਹੋਈ ਹੈ, ਹਰ ਇੱਜ਼ਤ ਬੇਇੱਜ਼ਤੀ ਦੇ ਨਾਲ ਜੁੜੀ ਹੋਈ ਹੈ। ਜਿਵੇਂ ਛੱਤ ਪਾਣੀ ਹੋਵੇ ਮਕਾਨ ਦੀ ਤੇ ਦੋ ਦੀਵਾਰਾਂ ਬਰਾਬਰ ਕਰਨੀਆਂ ਪੈਂਦੀਆਂ ਨੇ, ਜ਼ਿੰਦਗੀ ਦਾ ਮਹਿਲ ਸੁੱਖ ਦੁੱਖ ਦੇ ਉੱਤੇ ਖੜਾ ਹੈ, ਖੁਸ਼ੀ ਤੇ ਗਮ ਦੇ ਉੱਤੇ ਖੜਾ ਹੈ, ਹਾਸੇ ਤੇ ਰੋਣੇ ਦੇ ਉੱਤੇ ਖੜਾ ਹੈ, ਜਨਮ ਤੇ ਮੌਤ ਦੇ ਉੱਤੇ ਖੜਾ ਹੈ। ਔਰ ਐਸਾ ਨਹੀਂ ਜਿਸ ਦਿਨ ਸਾਡਾ ਜਨਮ ਹੋਇਆ ਨਾ ਉਸੇ ਦਿਨ ਤੋਂ ਮੌਤ ਹੈ, ਐਸਾ ਨਹੀਂ ਕਿ ਮੌਤ ਇੱਕ ਦਿਨ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਐਸਾ ਨਹੀਂ ਮੰਨਦੇ, ਮੌਤ ਰੋਜ਼ ਆਉਂਦੀ ਹੈ। ਛਿੰਨ ਛਿੰਨ ਔਦ ਬਿਆਤ ਹੈ ਟੂਟੇ ਘੱਟ ਜੋ ਪਾਣੀ, ਅਸੀਂ ਰੋਜ਼ ਜੀਵਦੇ ਪਏ ਹਾਂ ਰੋਜ਼ ਮਰਦੇ ਪਏ ਹਾਂ। ਜਿਤਨੀ ਮਿੱਥੀ ਹੋਈ ਉਮਰ ਲੈ ਕੇ ਆਇਆ ਰੋਜ਼ ਘੱਟਦੀ ਪਈ ਹੈ, ਤੇ ਜਦ ਰੋਜ਼ ਘੱਟਦੀ ਪਈ ਹੈ ਰੋਜ਼ ਮਰਦੇ ਪਏ ਹਾਂ, ਰੋਜ਼ ਜੀਵਦੇ ਵੀ ਪਏ ਹਾਂ ਰੋਜ਼ ਮਰਦੇ ਵੀ ਪਏ ਹਾਂ। ਤੇ ਜੇ ਹੁਣ ਮੋਟੇ ਰੂਪ ਵਿੱਚ ਕਹਿਣਾ ਹੋਵੇ ਤਾਂ ਬੰਦਾ ਦੋ ਦਫਾ ਉਂਝ ਵੀ ਮਰਦਾ। ਕਿਸੇ ਜਵਾਨ ਬੰਦੇ ਤੋਂ ਪੁੱਛੋ ਬਈ ਤੁਹਾਡਾ ਬਚਪਨਾ ਕਿੱਥੇ ਗਿਆ, ਕਹਿੰਦਾ ਮਰ ਗਿਆ, ਹੁਣ ਕਿੱਥੇ ਬਚਪਨਾ। ਤੇ ਕਿਸੇ ਬੁੱਢੇ ਕੋਲ ਪੁੱਛਣਾ ਜਵਾਨੀ ਕਿੱਥੇ ਗਈ, ਕਹਿੰਦਾ ਮਰ ਗਈ, ਖਤਮ ਹੋ ਗਈ, ਹੁਣ ਕਿੱਥੇ ਜਵਾਨੀ। ਬਚਪਨਾ ਮਰ ਗਿਆ, ਜਵਾਨੀ ਮਰ ਗਈ, ਬੁਢੇਪਾ ਵੀ ਮਰੇਗਾ, ਇਹਨੇ ਰਹਿਣਾ। ਦੋ ਦਫਾ ਤੇ ਮਰ ਗਿਆ ਪਹਿਲੇ, ਬਚਪਨਾ ਮਰ ਗਿਆ, ਜਵਾਨੀ ਮਰ ਗਈ, ਮੋਟੇ ਰੂਪ ਵਿੱਚ ਇੰਝ ਦਿਖਾਈ ਦਿੰਦਾ। ਤੇ ਸਾਹਿਬਾਂ ਦੀ ਬਾਣੀ ਕਹਿੰਦੀ ਨਹੀਂ, ਬੰਦਾ ਰੋਜ਼ ਜੀਵਦਾ ਰੋਜ਼ ਮਰਦਾ। ਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਜੀਵਣਾ ਦਿਖਾਈ ਦਿੰਦਾ, ਮਰਨਾ ਦਿਖਾਈ ਨਹੀਂ ਦਿੰਦਾ, ਵਰਨਾ ਰੋਜ਼ ਮਰਦਾ। ਛਿੰਨ ਛਿੰਨ ਔਦ ਬਿਆਤ ਹੈ ਫੂਟੇ ਘੱਟ ਜਿਓ ਪਾਣੀ, ਜਿਸ ਤਰ੍ਹਾਂ ਜੀਵਣਾ ਦਿਖਾਈ ਦਿੰਦਾ ਮਰਨਾ ਨਹੀਂ ਦਿਖਾਈ ਦਿੰਦਾ, ਇਸੇ ਤਰੀਕੇ ਨਾਲ ਖੁਸ਼ੀ ਦਿਖਾਈ ਦਿੰਦੀ ਹੈ ਗਮ ਨਹੀਂ ਦਿਖਾਈ ਦਿੰਦਾ, ਇੱਜ਼ਤ ਦਿਖਾਈ ਦਿੰਦੀ ਹੈ ਬੇਇੱਜ਼ਤੀ ਨਹੀਂ ਦਿਖਾਈ ਦਿੰਦੀ, ਨਫੇ ਦਿਖਾਈ ਦਿੰਦੇ ਨੁਕਸਾਨ ਨਹੀਂ ਦਿਖਾਈ ਦਿੰਦਾ, ਸੁੱਖ ਦਿਖਾਈ ਦਿੰਦਾ ਦੁੱਖ ਨਹੀਂ ਦਿਖਾਈ ਦਿੰਦਾ, ਵਰਨਾ ਜੁੜੇ ਹੋਏ ਨੇ ਇਕੱਠੇ ਨੇ। ਜਿਹਨੂੰ ਇਹ ਦੇਖਣ ਦੀ ਜਾਚ ਆ ਜਾਏ
ਸਾਹਿਬ ਕਹਿੰਦੇ ਨੇ ਉਸ ਬੰਦੇ ਦੇ ਅੰਦਰ ਦੂਸਰਾ ਲੱਛਣ ਪ੍ਰਗਟ ਹੋ ਗਿਆ। ਤੇ ਮਹਾਰਾਜ ਕਹਿੰਦੇ ਪੂਰਨ ਪੁਰਖ ਜਿਹੜਾ ਸਾਧੂ ਹੈ, ਗੁਰਸਿੱਖ ਗੁਰਮੁਖ ਹੈ, ਉਹਨੂੰ ਇਸ ਗੱਲ ਦਾ ਪਤਾ ਹੈ, ਗਿਆਨ ਸਮ ਦੁੱਖ ਸੁੱਖਾਂ, ਦੁੱਖ ਸੁੱਖ ਉਸਦੇ ਵਾਸਤੇ ਇੱਕ ਸਮਾਨ ਹੈ, ਜੈਸਾ ਸੁੱਖ ਵੈਸਾ ਦੁੱਖ। ਉਹਨੂੰ ਇਹ ਵੀ ਪਤਾ ਹੈ ਕਿ ਜਿਤਨਾ ਸੁੱਖ ਵਧੇਗਾ ਉਤਨਾ ਹੀ ਦੁੱਖ ਵਧੇਗਾ। ਇੱਕ ਹੋਰ ਵੀ ਕਦੀ ਅੰਦਾਜ਼ਾ ਲਾ ਲੈਣਾ, ਜਿਤਨੀ ਇੱਜ਼ਤ ਵਧਦੀ ਹੈ ਬੇਇੱਜ਼ਤੀ ਉਤਨੀ ਜ਼ਿਆਦਾ ਹੁੰਦੀ ਹੈ, ਜਿਤਨਾ ਜ਼ਿਆਦਾ ਸੁੱਖ ਵੱਧਦਾ ਹੈ ਦੁੱਖ ਉਤਨਾ ਹੀ ਜ਼ਿਆਦਾ ਹੁੰਦਾ, ਜਿਤਨਾ ਘੱਟ ਸੁੱਖ ਹੈ ਉਤਨਾ ਦੁੱਖ ਵੀ ਘੱਟ ਹੈ। ਇਹ ਦੋਵੇਂ ਦੀਵਾਰਾਂ ਬਰਾਬਰ ਉਸਰਦੀਆਂ ਨੇ। ਔਰ ਕਦੀ ਇਕੱਲਾ ਸੁੱਖ ਨਹੀਂ ਹੁੰਦਾ, ਸੁੱਖ ਜਿਤਨਾ ਵਧੇਗਾ ਦੁੱਖ ਉਤਨਾ ਹੀ ਵਧੇਗਾ। ਕਦੀ ਬਗੌਰ ਇਸ ਢੰਗ ਨਾਲ ਮੁਤਾਲਾ ਕਰੋਗੇ ਤੇ ਗੱਲ ਸਾਹਮਣੇ ਸਪਸ਼ਟ ਹੋਵੇਗੀ, ਗੱਲ ਸਾਹਮਣੇ ਖੁੱਲੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਵੀ ਉਹ ਬੰਦਾ ਤੇ ਝੱਖ ਮਾਰਦਾ ਹੈ ਜਿਹੜਾ ਰੱਬ ਕੋਲ ਸਿਰਫ ਸੁੱਖ ਮੰਗਦਾ ਹੈ, ਸਿਰਫ ਸੁੱਖ। ਪੰਕਤੀ ਮੈਂ ਪਾਤਸ਼ਾਹ ਦੀ ਤੁਹਾਡੇ ਸਾਹਮਣੇ ਰੱਖਾਂ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੇ ਸੁੱਖ। ਜਿਹੜਾ ਦੁੱਖ ਨੂੰ ਇੱਕ ਪਾਸੇ ਰੱਖ ਕੇ ਤੇ ਸੁੱਖ ਮੰਗੇ, ਸਾਹਿਬ ਕਹਿੰਦੇ ਝੱਖ ਪਿਆ ਮਾਰਦਾ, ਇਹਨੂੰ ਪਤਾ ਹੀ ਨਹੀਂ ਸੁੱਖ ਦੇ ਨਾਲ ਤੇ ਦੁੱਖ ਹੈ, ਤੂੰ ਸੁੱਖ ਮੰਗਦਾ ਪਿਆ ਦੁੱਖ ਵੀ ਨਾਲ ਆਵੇਗਾ। ਭਗਤ ਕਬੀਰ ਕਹਿੰਦੇ ਨੇ ਸੁੱਖ ਮੰਗ ਤੇ ਦੁੱਖ ਆਗਲ ਆਵੇ, ਸੋ ਸੁੱਖ ਹਮੂ ਨਾ ਮੰਗਿਆ ਆਵੇ। ਇਹ ਪਰਿਪੂਰਨ ਪਰਮਾਤਮਾ ਸੁੱਖ ਮੰਗੀਏ ਤੇ ਜਿਤਨਾ ਵੱਡਾ ਸੁੱਖ ਮੰਗੀਏ ਉਤਨਾ ਹੀ ਵੱਡਾ ਦੁੱਖ ਨਾਲ ਆ ਜਾਂਦਾ, ਅਸੀਂ ਮੰਗਦੇ ਹੀ ਨਹੀਂ, ਗੱਲ ਖਤਮ। ਭਗਤ ਕਬੀਰ ਕਹਿੰਦੇ ਮੰਗਦੇ ਹੀ ਨਹੀਂ, ਸੁੱਖ ਮੰਗਤ ਦੁੱਖ ਆਗਲ ਆਵੇ। ਹੁਣ ਜਿਤਨੇ ਧਾਰਮਿਕ ਮੰਦਿਰ ਨੇ, ਕੋਈ ਪ੍ਰੇਅਰ ਕਰ ਰਿਹਾ, ਪ੍ਰਾਰਥਨਾ ਕਰ ਰਿਹਾ, ਅਰਦਾਸ ਕਰ ਰਿਹਾ, ਜੋਗੜੀ ਕਰ ਰਿਹਾ, ਆਖਰ ਉਹਦੇ ਚ ਕੀ ਹੈ? ਇਹ ਪ੍ਰਭੂ ਤੂੰ ਸੁੱਖ ਦੇ, ਇੰਨੀ ਗੱਲ ਹੈ, ਤੂੰ ਸੁੱਖ ਦੇ। ਤੇ ਗੁਰੂ ਨਾਨਕ ਦਾ ਫੈਸਲਾ ਮੈਂ ਤੁਹਾਡੇ ਸਾਹਮਣੇ ਰੱਖਾਂ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੇ ਸੁੱਖ। ਨਿੱਜੀ ਖਿਆਲ ਮੇਰਾ ਕੋਈ ਵੀ ਨਹੀਂ ਹੋਵੇਗਾ, ਜੋ ਕੁਛ ਤੁਹਾਡੇ ਸਾਹਮਣੇ ਰੱਖਾਂਗਾ ਗੁਰਬਾਣੀ ਤਸਦੀਕ ਕਰ ਦੇਵੇਗੀ। ਨਾਨਕ ਬੋਲਣ ਝੱਖਣਾ, ਉਹ ਬੋਲਣਾ ਝੱਖ ਮਾਰਨਾ ਹੈ, ਕਿਹੜਾ? ਦੁੱਖ ਛੱਡ ਮੰਗੇ ਸੁੱਖ, ਦੁੱਖ ਨੂੰ ਇੱਕ ਪਾਸੇ ਰੱਖ ਕੇ ਸੁੱਖ ਮੰਗਣਾ। ਸੁੱਖ ਦੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਸਾਹਿਬ ਕਹਿੰਦੇ ਤੇ ਦੋਵੇਂ ਕੱਪੜੇ ਨੇ ਬਾਰ ਬਾਰ ਬਦਲਣੇ ਪੈਂਦੇ ਨੇ, ਕਦੀ ਸੁੱਖ ਕਦੀ ਦੁੱਖ, ਇਹ ਤੇ ਬਦਲਣੇ ਪੈਣਗੇ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਨ ਪੁਰਖ ਦੀ ਪਹਿਚਾਣ ਦੱਸਦੇ ਨੇ ਕਿ ਉਹ ਸੁੱਖ ਦੁੱਖ ਤੋਂ ਉੱਚਾ ਹੁੰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਬਹਿ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਸੁੱਖ ਦੁੱਖ ਤੋਂ ਉੱਚਾ ਹੈ, ਜੈਸਾ ਸੁੱਖ ਵੈਸਾ ਹੀ ਦੁੱਖ, ਜੈਸਾ ਦੁੱਖ ਵੈਸਾ ਹੀ ਸੁੱਖ, ਉਹਦੇ ਵਾਸਤੇ ਦੋਵੇਂ ਹੀ ਬਰਾਬਰ ਨੇ, ਕੋਈ ਫਰਕ ਨਹੀਂ। ਦੋ ਤਰ੍ਹਾਂ ਦੇ ਭਗਤ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ, ਤੁਸੀਂ ਭਗਤਾਂ ਦੀ ਪੜ੍ਹੋ ਨਾ। ਕੁਛ ਭਗਤ ਐਸੇ ਨੇ ਜੋ ਕਹਿੰਦੇ ਨੇ ਹੇ ਪ੍ਰਭੂ ਤੇਰੀ ਤਰਫੋਂ ਮਿਲਿਆ ਹੋਇਆ ਸੁੱਖ ਸਾਨੂੰ ਪ੍ਰਵਾਨ ਹੈ, ਪਰ ਤੇਰੀ ਤਰਫੋਂ ਆਇਆ ਹੋਇਆ ਦੁੱਖ ਵੀ ਸਾਨੂੰ ਕਬੂਲ ਹੈ, ਉਹ ਵੀ ਅਸੀਂ ਕਬੂਲ ਕਰਦੇ ਹਾਂ, ਉਹ ਵੀ ਅਸੀਂ ਪ੍ਰਵਾਨ ਕਰਦੇ ਹਾਂ। ਭਗਤ ਨਾਮਦੇਵ ਜੀ ਮਹਾਰਾਜ ਦੇ ਸ਼ਬਦ, ਜੇ ਰਾਜ ਦੇਣ ਤਾਂ ਕਮਨ ਵਡਾਈ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ। ਜੇ ਤੂੰ ਸਾਨੂੰ ਸਿੰਘਾਸਣ ਤੇ ਬਿਠਾ ਦੇਵੇਂ ਤੇ ਸਾਡਾ ਵਧਣਾ ਕੀ ਹੈ? ਜੇ ਤੂੰ ਦਰ ਦਰ ਦਾ ਬਿਖਾਰੀ ਬਣਾ ਦੇਵੇਂ ਤੇ ਸਾਡਾ ਘਟਣਾ ਕੀ ਹੈ? ਇਹ ਤੇ ਸਰੀਰ ਦੇ ਨਾਲ ਚੱਲਦਾ ਹੈ ਤੇ ਜ਼ਿੰਦਗੀ ਦੇ ਨਾਲ ਚੱਲਦਾ, ਸਾਨੂੰ ਕਬੂਲ ਹੈ, ਸਾਨੂੰ ਪ੍ਰਵਾਨ ਹੈ। ਇਸ ਵਾਸਤੇ ਕਹਿੰਦੇ ਨੇ ਭਗਤਾਂ ਨੂੰ ਦੁਖੀ ਕਰਨਾ ਬੜੀ ਔਖੀ ਗੱਲ ਹੈ, ਕਿਉਂ? ਦੁੱਖ ਸੁੱਖ ਤੋਂ ਉੱਚੇ ਨੇ, ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕੋਈ ਭਲਾ ਕਹੋ
ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਯਾਰ। ਹੁਣ ਲੋਕੀ ਸਾਨੂੰ ਭਲਾ ਭਲਾ ਆਖਣ ਉਹਦੇ ਨਾਲ ਕੋਈ ਮਤਲਬ ਨਹੀਂ, ਲੋਕੀ ਸਾਨੂੰ ਬੁਰਾ ਬੁਰਾ ਆਖਣ ਗੁਰੂ ਰਾਮਦਾਸ ਜੀ ਕਹਿੰਦੇ ਕੋਈ ਮਤਲਬ ਨਹੀਂ, ਸਾਡਾ ਕੋਈ ਮਤਲਬ ਨਹੀਂ, ਅਸੀਂ ਇਹਨਾਂ ਦੀ ਗੱਲ ਤੋਂ ਬਹੁਤ ਉੱਚੇ ਹਾਂ। ਤੇ ਮੈਂ ਕਈ ਦਫ਼ਾ ਹੈਰਾਨ ਹੁੰਦਾ, ਹੁਣ ਚਾਰ ਬੰਦੇ ਭਲਾ ਭਲਾ ਅਗਰ ਨਾ ਆਖਣ ਤੇ ਤੂੰ ਔਖਾ ਕਿਉਂ ਹੋ ਰਹੀ, ਕਿਉਂਕਿ ਲੋਕਾਂ ਕੋਲ ਤੈਨੂੰ ਸਰਟੀਫਿਕੇਟ ਚਾਹੀਦਾ, ਅਗਲੇ ਕਹਿਣ ਤਾਂ ਹੀ ਤੂੰ ਭਲਾ, ਉਹ ਕੋਈ ਭਲਾ ਨਹੀਂ। ਦਰਅਸਲ ਮਨੁੱਖ ਦੇ ਕੋਲ ਜਿਹੜੀਆਂ ਭਲਾਈਆਂ ਨੇ ਨਾ, ਉਹ ਵੀ ਅਖੌਤੀ ਨੇ। ਚਾਰ ਬੰਦੇ ਕਹਿਣੇ ਬੜਾ ਹੀ ਭਲਾ ਹੈ, ਬਹੁਤ ਭਲਾ ਹੈ, ਬੰਦਾ ਭੁੱਲ ਜਾਂਦਾ ਹੈ। ਤੇ ਚਾਰ ਬੰਦੇ ਕਹਿਣ ਲੱਗ ਪਏ ਨੇ ਭੈੜਾ ਹੈ, ਇਹ ਭੈੜਾ ਹੈ, ਇਹ ਦੁਖੀ ਹੋ ਜਾਂਦਾ, ਵੀ ਤੂੰ ਦੁਖੀ ਕਿਉਂ ਹੋਣਾ। ਇਹਦਾ ਮਤਲਬ ਤੇਰੀ ਜ਼ਿੰਦਗੀ ਦੂਜਿਆਂ ਦੇ ਹੱਥੇ ਚ, ਦੂਜਾ ਜੋ ਕੁਛ ਵੀ ਕਹੇ ਤੇ ਤੂੰ ਪਰੇਸ਼ਾਨ ਹੋ ਜਾਏਗਾ, ਦੂਜਾ ਜੋ ਕੁਛ ਵੀ ਕਹੇ ਤੇ ਤੂੰ ਫੁੱਲ ਪਏਗਾ। ਫਿਰ ਤੇਰਾ ਆਪਣਾ ਆਪ ਤੇ ਤੇਰੇ ਕੋਲ ਨਾ ਨਾ ਹੋਇਆ, ਦੂਜਿਆਂ ਦੇ ਹਵਾਲੇ। ਕਦੀ ਬਹੁਤ ਮੁਤਾਲਾ ਕਰਨਾ, ਅਸੀਂ ਦੂਜਿਆਂ ਦੇ ਹਵਾਲੇ। ਲੋਕੀ ਮਿਲਦੇ ਨੇ, ਕਹਿੰਦੇ ਨੇ ਫਲਾਣੇ ਨੇ ਸਾਨੂੰ ਬੜੀ ਇੱਜ਼ਤ ਦਿੱਤੀ, ਫਲਾਣੇ ਨੇ ਸਾਨੂੰ ਬੜਾ ਸਨਮਾਨ ਦਿੱਤਾ, ਫਲਾਣੇ ਨੇ ਸਾਨੂੰ ਬੜਾ ਸੁੱਖ ਦਿੱਤਾ। ਇਹ ਬੰਦਾ ਆਪਣਾ ਤੇਰੇ ਕੋਲ ਕੱਖ ਕੋਈ ਨਹੀਂ, ਜੋ ਕੁਛ ਵੀ ਇਹ ਦਿੱਤਾ ਵੀ ਹੈ ਤੂੰ ਬਹੁਤ ਵੱਡਾ ਦਿਖਾ ਰਹੀ ਹੈ। ਤੈਥੋਂ ਵੱਡਾ ਹੋਰ ਕਿਹੜਾ ਮੰਗਦਾ ਹੋਣਾ, ਕੋਈ ਧਨ ਮੰਗਦਾ ਹੈ, ਕੋਈ ਅੰਨ ਮੰਗਦਾ ਹੈ, ਤੂੰ ਇੱਜ਼ਤ ਪਿਆ ਮੰਗਦਾ, ਸੁੱਖ ਪਿਆ ਮੰਗਦਾ, ਪ੍ਰਤਿਸ਼ਠਾ ਪਿਆ ਮੰਗਦਾ, ਸਨਮਾਨ ਪਿਆ ਮੰਗਦਾ, ਉਹ ਤੇਰੇ ਕੋਲ ਕੱਖ ਕੋਈ ਨਹੀਂ। ਦੂਜਾ ਕੋਈ ਗਹਿਰੇ ਤੇ ਤੇਰੇ ਕੋਲ ਇੱਜ਼ਤ ਹੈ, ਸਨਮਾਨ ਹੈ, ਪ੍ਰਤਿਸ਼ਠਾ ਹੈ, ਹੋਰ ਕੁਛ ਨਹੀਂ। ਫਿਰ ਇਹ ਵੀ ਕਹਿੰਦਾ ਵੀ ਦੂਜੇ ਨੇ ਸਾਡੀ ਬੜੀ ਨਿਰਾਦਰੀ ਕੀਤੀ, ਕੌਣ ਦੱਸੇ। ਜਿਹੜਾ ਦੂਜਾ ਸਨਮਾਨ ਦਿੰਦਾ ਉਹ ਅਪਮਾਨ ਵੀ ਦਿੰਦਾ, ਜੋ ਸੁੱਖ ਦਿੰਦਾ ਉਹ ਦੁੱਖ ਵੀ ਦਿੰਦਾ, ਕਿਤੇ ਸੰਸਾਰ ਵਿੱਚ ਐਸਾ ਚੱਲਦਾ। ਇਸ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕੋਈ ਭਲਾ ਭਲਾ ਆਖੇ ਸਾਡਾ ਕੋਈ ਮਤਲਬ ਨਹੀਂ। ਪੰਜ ਦਸ ਬੰਦੇ ਕਹਿਣ ਲੱਗ ਪਏ ਨੇ ਤੇ ਬੜਾ ਗੁਰਮੁਖ ਹੈ, ਬੜਾ ਦਾਨੀ ਹੈ, ਬੜਾ ਗਿਆਨੀ ਹੈ, ਬੰਦਾ ਭੁੱਲ ਜਾਂਦਾ। ਤੇ ਪੰਜ ਦਸ ਕਹਿਣ ਲੱਗ ਪਏ ਨੇ ਤੇ ਬਹੁਤ ਭੈੜਾ, ਕੌੜੀਆਂ ਵੀ ਖੋਲਦਾ, ਬੰਦਾ ਔਖਾ ਹੋ ਜਾਂਦਾ, ਬੰਦਾ ਬੇਜ਼ਾਰ ਹੋ ਜਾਂਦਾ। ਲੇਕਿਨ ਗੁਰੂ ਰਾਮਦਾਸ ਜੀ ਕਹਿੰਦੇ ਸਾਰਾ ਜਗਤ ਭਲਾ ਭਲਾ ਆਖੇ, ਅਸੀਂ ਉਹਨਾਂ ਦੇ ਕਹਿਣ ਕਰਕੇ ਭਲੇ ਨਹੀਂ ਹਾਂ। ਤੇ ਸਾਰਾ ਜਗਤ ਬੁਰਾ ਬੁਰਾ ਆਖੇ ਕੋਈ ਮਤਲਬ ਹੀ ਨਹੀਂ, ਕਹਿਣ ਕਰੋ ਇਸ ਤੋਂ ਉੱਚੇ ਹਾਂ। ਇੱਕ ਬਿਰਤੀ ਬਣ ਜਾਂਦੀ ਹੈ, ਇੱਕ ਮਨ ਦੀ ਅਵਸਥਾ ਬਣ ਜਾਂਦੀ ਹੈ। ਵਰਨਾ ਆਮ ਲੋਕ ਕਰੀਬਨ ਕਰੀਬਨ ਉਸੇ ਪੱਧਰ ਤੇ ਰਹਿੰਦੇ ਨੇ, ਇਸ ਵਾਸਤੇ ਦੁਖੀ ਵੀ ਹੋ ਜਾਂਦੇ ਨੇ, ਭੁੱਲ ਵੀ ਜਾਂਦੇ ਨੇ। ਮੈਨੂੰ ਇਸ ਤਰ੍ਹਾਂ ਦੇ ਅਨੇਕਾਂ ਮਨੁੱਖ ਮਿਲੇ ਨੇ, ਕਹਿੰਦੇ ਨੇ ਅਸੀਂ ਗੁਰਦੁਆਰੇ ਇਸ ਵਾਸਤੇ ਨਹੀਂ ਜਾਂਦੇ, ਫਲਾਣੇ ਨੇ ਇੱਕ ਗੱਲ ਕਹਿ ਦਿੱਤੀ ਸੀ ਸਾਨੂੰ ਚੁੱਭ ਗਈ ਹੈ, ਹੁਣ ਨਹੀਂ ਜਾਂਦੇ ਅਸੀਂ, ਕੋਈ ਮਤਲਬ ਨਹੀਂ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕੋਈ ਫਲਾਣਾ ਐਸੀ ਵੈਸੀ ਗੱਲ ਕਰ ਛੱਡੇ, ਤੂੰ ਆਪਣਾ ਘਰ ਛੱਡ ਦੇਂਗਾ, ਆਪਣੀ ਪਤਨੀ ਛੱਡ ਦੇਂਗਾ, ਆਪਣੇ ਬੱਚਿਆਂ ਨੂੰ ਛੱਡ ਦੇਂਗਾ, ਤੂੰ ਆਪਣਾ ਪਰਿਵਾਰ ਛੱਡ ਦੇਂਗਾ, ਕੋਈ ਐਸੀ ਵੈਸੀ ਗੱਲ ਕਰ ਛੱਡੇ, ਤੂੰ ਆਪਣਾ ਘਰ ਨਹੀਂ ਛੱਡਦਾ। ਤੇ ਕਿਸੇ ਨੇ ਐਸੀ ਵੈਸੀ ਗੱਲ ਕਰ ਦਿੱਤੀ ਹੈ, ਤੂੰ ਗੁਰੂ ਦਾ ਘਰ ਛੱਡ ਦਿੱਤਾ ਹੈ, ਦਰਅਸਲ ਤੂੰ ਅੰਦਰੋਂ ਛੱਡਿਆ ਹੋਇਆ ਹੀ ਸੀ, ਤੈਨੂੰ ਬਹਾਨਾ ਚਾਹੀਦਾ ਸੀ, ਮਿਲ ਗਿਆ, ਗੱਲ ਖਤਮ, ਬਹਾਨਾ ਚਾਹੀਦਾ ਸੀ, ਮਿਲ ਗਿਆ ਤੈਨੂੰ। ਵਰਨਾ ਕੋਈ ਐਸੀ ਵੈਸੀ ਗੱਲ ਕਰੇ ਤੇ ਤੂੰ ਆਪਣਾ ਘਰ ਛੱਡਦਾ, ਤੂੰ ਇਹ ਥੋੜ੍ਹੀ ਕਹਿੰਦਾ ਫਲਾਣੇ ਨੇ ਅਜੇ ਇਹ ਗੱਲ ਕਹਿ ਦਿੱਤੀ ਹੁਣ ਮੈਂ ਆਪਣੇ ਘਰ ਨਹੀਂ ਜਾਣਾ, ਨਹੀਂ ਘਰ ਤੇ ਤੂੰ ਜਾਂਦਾ ਭਾਵੇਂ ਸੌ ਤੈਨੂੰ ਤਾਨੇ ਮਾਰਾ। ਪਰ ਇੱਕ ਨਿੱਕੀ ਜਿਹੀ ਗੱਲ ਹੋ ਜਾਏ ਤੂੰ ਕਹਿ ਦਿੰਦਾ ਹੁਣ ਮੈਂ ਨਹੀਂ ਜਾਣਾ, ਫਲਾਣੇ ਨੇ ਉਹ ਗੱਲ ਕਹਿ ਦਿੱਤੀ ਸੀ। ਉਹ ਪੁਰਖਾ ਤੂੰ ਤੇ ਅੰਦਰੋਂ ਛੱਡਿਆ ਹੋਇਆ, ਗੁਰੂ ਨੂੰ ਬਹਾਨਾ ਇੱਕ ਚਾਹੀਦਾ, ਕਈਆਂ ਨੂੰ ਬਹਾਨੇ ਚਾਹੀਦੇ ਨੇ ਛੱਡਣ ਦੇ, ਬਸ ਟੁੱਟੇ ਹੀ ਹੋਏ ਨਿੱਕੇ ਜਿਹੇ ਬਹਾਨੇ ਨਾਲ ਟੁੱਟ ਗਏ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਾਵੇਂ ਭਲਾ ਭਲਾ ਆਖੇ ਤੇ ਸਾਰਾ ਜਗਤ ਭਾਵੇਂ ਬੁਰਾ ਬੁਰਾ ਆਖੇ ਕੋਈ ਮਤਲਬ ਨਹੀਂ, ਅਸੀਂ ਤੇ ਆਪਣੇ ਆਪ ਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ, ਨਿਛਾਵਰ ਕਰ ਦਿੱਤਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ।
ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ ਕਿ ਦੂਸਰਾ ਲੱਛਣ ਜਿਹੜਾ ਪੂਰਨ ਪੁਰਖ ਦਾ ਹੈ ਉਹ ਇਹ ਕਿ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ। ਉਹਨਾਂ ਦੇ ਵਾਸਤੇ ਦੁੱਖ ਸੁਖ ਏਕ ਸਮਾਨ ਨੇ, ਇੱਕੋ ਕੁਛ, ਜੈਸਾ ਦੁੱਖ ਵੈਸਾ ਸੁਖ। ਔਰ ਇਸ ਚੱਕਰ ਚ ਨਾ ਪੈਣਾ ਕਿ ਦੁੱਖ ਭਗਤਾਂ ਤੇ ਆਉਂਦੇ ਨਹੀਂ, ਜਿੰਨੇ ਦੁੱਖ ਭਗਤਾਂ ਤੇ ਆਏ ਨੇ ਆਮ ਸੰਸਾਰੀਆਂ ਤੇ ਨਹੀਂ ਆਏ। ਤੁਸੀਂ ਹੁਣ ਲੰਬੀ ਚੌੜੀ ਅਵਤਾਰਾਂ ਦੀ ਕਥਾ ਪੜ੍ਹੋ। ਮੈਂ ਦੇਖਦਾ ਸਾਡੇ ਦੇਸ਼ ਦੇ ਵਿੱਚ ਪੁਰਾਣੇ ਅਵਤਾਰਾਂ ਦੇ ਚੋਂ ਰਾਮ ਹੈ ਤੇ 14 ਸਾਲ ਦਾ ਬਨਵਾਸ ਹੈ, ਫਿਰ ਦੁਆਪਰ ਯੁੱਗ ਦੇ ਵਿੱਚ ਹੋਏ ਸ੍ਰੀ ਕ੍ਰਿਸ਼ਨ, ਉਹਨਾਂ ਦਾ ਜਨਮ ਹੋਇਆ ਜੇਲ੍ਹ ਦੇ ਵਿੱਚ। ਸ਼ਾਇਦ ਆਪ ਨੂੰ ਪਤਾ ਹੋਵੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਜੇਲ੍ਹ ਦੇ ਵਿੱਚ, ਮਾਤਾ ਪਿਤਾ ਜੇਲ੍ਹ ਦੇ ਵਿੱਚ ਸਨ, ਕਾਫੀ ਸਮੇਂ ਤੋਂ ਬੰਦ ਸਨ, ਕੰਸ ਨੇ ਬੰਦ ਕਰਕੇ ਰੱਖੇ ਹੋਏ ਸਨ। ਆਖਿਰ ਜਨਮ ਵੀ ਸ੍ਰੀ ਕ੍ਰਿਸ਼ਨ ਦਾ ਜੇਲ੍ਹ ਦੇ ਵਿੱਚ ਹੋਇਆ, ਜੇਲ੍ਹ ਦੀ ਤੰਗ ਤਾਰੀਖ ਕੋਠੜੀ ਦੇ ਵਿੱਚ। ਦੂਜੇ ਪਾਸੇ ਮੈਂ ਦੇਖਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ ਔਰੰਗਜ਼ੇਬ ਦੀ ਜੇਲ੍ਹ ਦੇ ਵਿੱਚ, ਕੈਦ ਦੇ ਵਿੱਚ। ਮਹਾਂਪੁਰਸ਼ਾਂ ਦਾ ਜਨਮ ਹੈ ਜੇਲ੍ਹ ਦੇ ਵਿੱਚ, ਮਹਾਂਪੁਰਸ਼ਾਂ ਦਾ ਅੰਤ ਹੈ ਜੇਲ੍ਹ ਦੇ ਵਿੱਚ, ਹਥਕੜੀਆਂ ਵਿੱਚ, ਪਿੰਜਰੇ ਵਿੱਚ। ਭਗਤ ਕਬੀਰ ਨੂੰ ਸਾਰੀ ਜ਼ਿੰਦਗੀ ਬਨਾਰਸ ਦੇ ਵਾਸੀਆਂ ਨੇ ਚੈਨ ਨਾਲ ਨਹੀਂ ਬੈਠਣ ਦਿੱਤਾ। ਕਦੀ ਤੁਸੀਂ ਇਤਿਹਾਸ ਪੜ੍ਹੋਗੇ ਤੇ ਦੰਗ ਰਹਿ ਜਾਓਗੇ, ਕੋਈ ਚੋਰੀ ਦੇ ਇਲਜ਼ਾਮ ਵਿੱਚ ਪਕੜਵਾ ਰਿਹਾ, ਕੋਈ ਉਸਦੇ ਘਰ ਨੂੰ ਅੱਗ ਲਾ ਰਿਹਾ, ਕੋਈ ਤਰ੍ਹਾਂ ਤਰ੍ਹਾਂ ਦੀਆਂ ਤੋਮਤਾਂ ਲਾ ਰਿਹਾ, ਚਾਰੋਂ ਪਾਸੇ ਪਰੇਸ਼ਾਨੀਆਂ। ਪਰ ਕਬੀਰ ਨੇ ਆਪਣੇ ਮਨ ਦੀ ਹਾਲਤ ਐਸੀ ਬਣਾ ਲਈ ਸੀ, ਕੋਈ ਭਰਾ ਕਹੋ ਭਾਵੇਂ ਬੁਰਾ ਕਹੋ, ਹਮ ਤਾਂ ਨਦੀਓ ਹੈ ਡਰ। ਇੱਕ ਦਫਾ ਘਰ ਨੂੰ ਕਿਸੇ ਨੇ ਅੱਗ ਲਾਈ ਤੇ ਕਬੀਰ ਬੈਠੇ ਸਨ ਗੰਗਾ ਦੇ ਤੱਟ ਤੇ, ਨਾਮ ਦੀ ਥੁੰਮ ਦੇ ਚ ਨਹੀਂ ਅਗੰਮੀ ਰਸਤੇ ਚ। ਪੁੱਤਰ ਭਜਿਆ ਹੋਇਆ ਆਇਆ ਤੇ ਕਹਿਣ ਲੱਗਾ ਬਾਪੂ ਘਰ ਨੂੰ ਤੇ ਅੱਗ ਲੱਗ ਗਈ ਹੈ। ਕਬੀਰ ਕਹਿੰਦਾ ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿੱਤ ਰਹੋ ਸਮਾਏ। ਪੁੱਤਰ ਦਾ ਨਾਂ ਸੀ ਕਮਾਲ। ਬਈ ਇਹ ਕਮਾਲ ਗੱਲ ਸੁਣ, ਜਿਸ ਮਸਤੀ ਚ ਮੈਂ ਬੈਠਾ ਹੁਣ ਮੇਰਾ ਕੋਈ ਤਨ ਵੀ ਸਾੜ ਲਵੇ ਤਾਂ ਵੀ ਪਰਵਾਹ ਨਹੀਂ, ਘਰ ਜਲ ਗਿਆ ਕੋਈ ਗੱਲ। ਇੱਕ ਹਾਲਤ ਬਣ ਜਾਂਦੀ ਦੁੱਖ ਸੁੱਖ ਏਕ ਸਮਾਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਬਹਿ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਵਰਨਾ ਦੁੱਖ ਕਿਸ ਤੇ ਨਹੀਂ ਆਉਂਦਾ ਹਰ ਇੱਕ ਤੇ ਹੁੰਦਾ। ਇੰਨੀ ਮੈਂ ਅਰਜ਼ ਕਰਦੇ ਹਾਂ। ਇੱਕ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦਾ। ਨਿਰਮਲੇ ਮਹਾਤਮਾ ਹੋਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਸਨ, ਗੁਰੂ ਘਰ ਦੇ ਇੱਕ ਮਹਾਨ ਆਲਮ। ਤੋ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਮਹਾਨ ਪੰਡਿਤ ਹੋਣ ਕਰਕੇ ਇਹਨਾਂ ਦੋਹੇ ਭਾਸ਼ਾਵਾਂ ਵਿੱਚ ਉਹਨਾਂ ਨੇ ਗ੍ਰੰਥ ਲਿਖੇ। ਉਹ ਕਹਿੰਦੇ ਨੇ ਜੈ ਨਾਮ ਉਚਾਰਤ ਦੁੱਖ ਮਿਟੇ, ਵੋ ਰਾਮ ਗਏ ਪਦ ਸਿਉ ਬਨ ਮਾਈ। ਜਿਸ ਦਾ ਨਾਂ ਲੈਂਦਿਆਂ ਹੀ ਬੰਦੇ ਨੂੰ ਸੁੱਖ ਮਿਲਦਾ ਹੈ। ਤੇ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਮੈਂ ਤੇ ਦੇਖਦਾ ਪਿਆ 14 ਸਾਲ ਵਾਸਤੇ ਬਨ ਬਨ ਵਿੱਚ ਲੱਗੇ ਪਿਆ ਕਹਿੰਦਾ। ਜੈ ਨਾਮ ਉਚਾਰਤ ਦੁੱਖ ਮਿਟੇ, ਵੋ ਰਾਮ ਗਏ ਪਦ ਸਿਉ ਬਨ ਮਾਈ। ਮਥੁਰਾ ਤਜ ਕਾਨ ਬਨੀ ਅਪਦਾ ਮੁਚਕੰਦ, ਹਰੀ ਦਿਨ ਕੀ ਗਿਰਮਾਈ। ਕ੍ਰਿਸ਼ਨ ਜੀ ਨੂੰ ਮਥੁਰਾ ਛੱਡਣੀ ਪਈ, ਕੰਸ ਦਾ ਸੌਰਾ ਜਰਾਸਿੰਧ ਫੌਜ ਲੈ ਕੇ ਚੜਾ ਆਇਆ ਤੇ ਸਮੁੱਚੀ ਫੌਜ ਦਾ ਮੁਕਾਬਲਾ ਕਰਨ ਦੀ ਸਮਰੱਥਾ ਸ੍ਰੀ ਕ੍ਰਿਸ਼ਨ ਕੋਲ ਨਹੀਂ ਸੀ, ਨਾ ਇਤਨੀ ਸੈਨਾ ਨਾ ਇਤਨੀ ਤਾਕਤ। ਆਖਿਰ ਮਥੁਰਾ ਛੱਡ ਕੇ ਨੱਸਣਾ ਪਿਆ ਤੇ ਪਿੱਛੇ ਜਰਾਸਿੰਧ ਦੀ ਸੈਨਾ। ਪ੍ਰਾਰਥਨਾ ਕਰਦੇ ਆ ਰਹੇ ਨੇ ਕ੍ਰਿਸ਼ਨ, ਹੇ ਪ੍ਰਭੂ ਜਿਵੇਂ ਤੇਰੀ ਮਰਜ਼ੀ।
ਰਸਤੇ ਵਿੱਚ ਪਹਾੜ ਦੀ ਗੁਫਾ ਵਿੱਚ ਬੈਠੇ ਸਨ। ਮੁਚਕੰਦ ਨਾਮ ਦੇ ਇੱਕ ਰਿਸ਼ੀ ਕਾਫੀ ਸਮੇਂ ਦੇ ਬੈਠੇ ਸਨ ਸਮਾਧੀ ਵਿੱਚ, ਉਹਦੇ ਪਿੱਛੇ ਛਿਪ ਗਏ ਕ੍ਰਿਸ਼ਨ ਤਾਂ ਬਚੇ। ਸੈਨਾ ਲੰਘ ਗਈ ਜਰਾ ਸਿੰਘ ਦੀ, ਉਸ ਮਹਾਤਮਾ ਦੇ ਪਿੱਛੇ ਛੁਪ ਕੇ ਸ੍ਰੀ ਕ੍ਰਿਸ਼ਨ ਨੇ ਆਪਣੀ ਜਾਨ ਬਚਾਈ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ, ਮਥਰਾਓ ਕਾ ਜਫਾਨ ਬਣੀ ਅਪਦਾ, ਮੁਚਕੰਦ ਹਰੀ ਤਿਨ ਕੀ ਗਿਰਮਾਈ, ਬਲਬੀਰ ਪਿਤਾ ਰਘਬੀਰ ਪਿਤਾ, ਦੁਖ ਲੋਕ ਸਮਾਨ ਲਹੇ ਭਵ ਮਾਈ, ਕਹੋਰੇ ਮਨ ਕੌਣ ਸੁਖੀ ਜਗ ਮੇ, ਤਨ ਧਾਰ ਕੇ ਜੋ ਦੁਖ ਪਾਵਤ ਨਾਈ। ਜਿਹਨੂੰ ਮਨੁੱਖਾ ਤਨ ਮਿਲੇ ਤੇ ਦੁਖੀ ਨਾ ਹੋਇਆ ਹੋਵੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ, ਮੈਨੂੰ ਦੱਸੋ ਕੌਣ ਹੈ, ਐਸਾ ਕੌਣ ਹੈ? ਉਹ ਕਹਿੰਦੇ, ਇੱਥੇ ਤੇ ਮੈਂ ਰਘਬੀਰ ਦਾ ਪਿਤਾ ਬਲਬੀਰ ਦਾ ਪਿਤਾ ਦੁਖੀ ਵੇਖਦਾ ਪਿਆ, ਇੱਥੇ ਤੇ ਮੈਂ ਕ੍ਰਿਸ਼ਨ ਨੂੰ ਪਰੇਸ਼ਾਨ ਵੇਖਦਾ ਪਿਆ ਤੇ ਰਾਮ ਨੂੰ ਬੇਜ਼ਾਰ ਦੇਖਦਾ ਪਿਆ। ਰੋਵੇ ਰਾਮ ਨਿਕਾਲਾ ਪਾਇਆ, ਸੀਤਾ ਲਖਮਣ ਵਿਛੜ ਗਿਆ, ਤਨ ਧਾਉ ਕਿ ਜੋ ਦੁੱਖ ਪਾਵਤ ਨਾ ਆਈ। ਮਨੁੱਖਾ ਤਨ ਮਿਲਿਆ ਹੋਵੇ ਤੇ ਦੁਖੀ ਨਾ ਹੋਇਆ ਹੋਵੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ, ਮੈਨੂੰ ਦੱਸੋ ਐਸਾ ਕੌਣ ਹੈ? ਦੁੱਖ ਤੇ ਆਉਂਦੇ ਨੇ ਸਮਗਰ ਰੂਪ ਦੇ ਵਿੱਚ, ਜਿਵੇਂ ਧੁੱਪ ਸਾਰਿਆਂ ਘਰਾਂ ਚ ਜਾਂਦੀ ਹੈ, ਠੰਡ ਪਏ ਤੇ ਠੰਡ ਸਾਰਿਆਂ ਹੀ ਘਰਾਂ ਚ ਜਾਂਦੀ ਹੈ, ਰਾਤ ਆਉਂਦੀ ਹੈ ਤੇ ਸਾਰੇ ਘਰਾਂ ਚ ਹੀ ਰਾਤ ਪੈਂਦੀ ਹੈ। ਦੁੱਖ ਤੇ ਵਿਆਪਕ ਹੈ, ਸਾਰੇ ਤਨ ਵਿੱਚ ਪ੍ਰਗਟ ਹੁੰਦਾ, ਹਰ ਇੱਕ ਦੇ ਵਿੱਚ ਪ੍ਰਗਟ ਹੁੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦੂਸਰਾ ਲਕਸ਼ਣ ਮਹਾਂਪੁਰਸ਼ ਦਾ ਇਹ ਹੈ ਕਿ ਉਹ ਆਪਣੀ ਸੁਰਤ ਇਤਨੀ ਉੱਚੀ ਕਰ ਲੈਂਦਾ ਹੈ, ਦੁੱਖ ਆਉਂਦੇ ਨੇ ਸੁੱਖ ਆਉਂਦੇ ਨੇ ਲੰਘ ਜਾਂਦੇ ਨੇ। ਸੁੱਖ ਕੋਈ ਉਹਨੂੰ ਆਯਾਸ਼ ਨਹੀਂ ਬਣਾਉਂਦਾ ਤੇ ਦੁੱਖ ਉਸਨੂੰ ਬੇਚੈਨ ਨਹੀਂ ਕਰਦਾ। ਅਸੀਂ ਸੁੱਖ ਦੇ ਵਿੱਚ ਖਿਮਾ ਕਰਨੀ ਸੁਖਿਆਰੇ ਹੋ ਜਾਂਦੇ ਹਾਂ, ਦੁੱਖ ਦੇ ਵਿੱਚ ਬੇਜ਼ਾਰ ਹੋ ਜਾਂਦੇ ਹਾਂ, ਬੇਚੈਨ ਹੋ ਜਾਂਦੇ ਹਾਂ। ਦੋਵਾਂ ਹਾਲਤਾਂ ਗਾਵਾਂ ਡੋਲ, ਦੋਵਾਂ ਹਾਲਤਾਂ ਚ ਸੁਰਤ ਥੱਲੇ ਚਲੀ ਜਾਂਦੀ। ਗਿਆਨਨ ਸਮ ਦੁੱਖ ਸੁਖਨ ਜੁਗਤ ਨਿਰਮਲ ਨਿਰਵੈਰ ਨੇ, ਇਹ ਦੂਜਾ ਲਕਸ਼ਣ ਹੈ। ਤੇ ਤੀਸਰਾ ਲਕਸ਼ਣ, ਦਿਆਲਨ ਸਰਬੱਤਰ ਜੀਆ ਪੰਚ ਲੋਖ ਬਿਵਰਜਤੇ ਨੇ। ਸਾਹਿਬ ਉਸਦਾ ਤੀਸਰਾ ਲਕਸ਼ਣ ਇਹ ਹੋਵੇਗਾ ਕਿ ਉਹਦੀ ਦਇਆ ਸਾਰੇ ਜੀਵਾਂ ਤੇ ਹੋਵੇਗੀ, ਉਹਦੇ ਅੰਦਰ ਬੜੀ ਕੋਮਲਤਾ ਹੋਵੇਗੀ, ਉਹਦਾ ਹਿਰਦਾ ਬੜਾ ਪਿਘਲਿਆ ਹੋਇਆ ਹੋਵੇਗਾ, ਉਹਦੇ ਅੰਦਰ ਬੜਾ ਟਰਮਾ ਹੋਵੇਗਾ, ਔਰ ਉਹ ਦੂਜਿਆਂ ਦੇ ਦੁੱਖ ਨੂੰ ਦੁੱਖ ਸਮਝਦਾ ਹੋਵੇਗਾ। ਆਪਣਾ ਦੁੱਖ ਕੋਈ ਦੁੱਖ ਨਹੀਂ, ਦੂਜੇ ਦਾ ਦੁੱਖ ਦੁੱਖ ਹੈ। ਸਾਡੇ ਵਾਸਤੇ ਕੀ ਹੈ, ਆਪਣਾ ਦੁੱਖ ਤੇ ਦੁੱਖ ਹੈ, ਦੂਜਿਆਂ ਦਾ ਦੁੱਖ ਕੋਈ ਦੁੱਖ ਨਹੀਂ। ਆਮ ਜਗਤ ਦੀ ਹਾਲਤ ਇਹ ਹੋ ਜਾਂਦੀ ਮਹਾਂਪੁਰਸ਼ ਦੇ ਵਿੱਚ ਤੇ ਆਮ ਸੰਸਾਰੀ ਵਿੱਚ, ਇਹੀ ਅੰਤਰ ਹੈ। ਚੌਥਾ ਲਕਸ਼ਣ ਮਹਾਂਪੁਰਸ਼ ਦਾ ਕੀ ਹੈ, ਭੋਜਨੰ ਗੋਪਾਲ ਕੀਰਤਨ ਅਲਿਪ ਮਾਇਆ ਜਲ ਕਮਲ ਰਹੇ ਤੇ, ਇਕਾਗਰਤਾ ਬਖਸ਼ਣੀ। ਚੌਥਾ ਲਕਸ਼ਣ ਉਸਦਾ ਇਹ ਹੈ, ਸਾਹਿਬ ਕਹਿੰਦੇ ਉਹਦਾ ਜਿਹੜਾ ਭੋਜਨ ਹੋਵੇਗਾ ਗੋਪਾਲ ਦਾ ਕੀਰਤਨ ਹੋਵੇਗਾ। ਹੁਣ ਤੁਸੀਂ ਆਖੋਗੇ ਕੀਰਤਨ ਕਿਸ ਤਰ੍ਹਾਂ ਭੋਜਨ ਹੋ ਸਕਦਾ, ਆਖਿਰ ਭੋਜਨ ਚਾਹੀਦਾ, ਅੰਨ ਪਾਣੀ ਚਾਹੀਦਾ, ਕੀਰਤਨ ਕਿਸ ਤਰ੍ਹਾਂ ਭੋਜਨ ਬਣ ਸਕਦਾ? ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਥਾਂ ਤੇ ਵੀ ਲਿਖਦੇ ਨੇ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜੋ ਬ੍ਰਹਮ ਗਿਆਨੀ ਹੈ ਉਹਦੀ ਖੁਰਾਕ ਪਰਮਾਤਮਾ ਦਾ ਨਾਮ ਹੈ, ਉਹਦਾ ਗਿਆਨ ਹੈ। ਹੁਣ ਸਾਨੂੰ ਇਤਨਾ ਪਤਾ ਹੈ ਕਿ ਭੋਜਨ ਤੋਂ ਤ੍ਰਿਪਤੀ ਮਿਲਦੀ ਹੈ, ਮਨੁੱਖ ਨੂੰ ਅਜੇ ਇਹ ਬੋਧ ਨਹੀਂ ਕਿ ਭਜਨ ਤੋਂ ਵੀ ਤ੍ਰਿਪਤੀ ਮਿਲਦੀ ਹੈ। ਇਹ ਤੇ ਬੰਦੇ ਨੂੰ ਪਤਾ ਹੈ ਕਿ ਭੋਜਨ ਤੋਂ ਤਾਕਤ ਮਿਲਦੀ ਹੈ, ਖੂਨ ਬਣਦਾ ਹੈ, ਲੇਕਿਨ ਅਜੇ ਵਿਸ਼ਵਾਸ ਨਹੀਂ ਬਣੇਗਾ ਕਿ ਭਜਨ ਤੋਂ ਵੀ ਤਾਕਤ ਮਿਲਦੀ ਹੈ, ਭਜਨ ਤੋਂ ਵੀ ਸੁਖਰਤੀ ਮਿਲਦੀ ਹੈ, ਭਜਨ ਤੋਂ ਵੀ ਕੋਈ ਗੱਲ ਬਣਦੀ ਹੈ। ਥੋੜਾ ਜਿਹਾ ਮੈਂ ਖੁਲਾਸਾ ਕਰਾਂ ਇਸਦਾ,
ਕਹਿੰਦੇ ਜਿਹੜਾ ਬੰਦਾ ਅੰਦਰੋਂ ਬਹੁਤ ਦੁਖੀ ਹੈ, ਬਹੁਤ ਬੇਚੈਨ ਹੋਵੇ, ਤਾਂ ਦੁਖੀ ਬੰਦਾ ਜ਼ਿਆਦਾ ਖਾਂਦਾ, ਅੰਦਰ ਖਲਾ ਹੈ, ਅੰਦਰ ਖਾਲੀਪਣ ਹੈ, ਤੇ ਆਖਰ ਉਸਨੂੰ ਭਰਨਾ ਹੈ। ਕਿਸ ਤਰ੍ਹਾਂ ਭਰੇ? ਖੁਰਾਕ ਨਾਲ ਭਰਦਾ, ਭੋਜਨ ਨਾਲ ਭਰਦਾ। ਬੰਦਾ ਬਹੁਤ ਪ੍ਰਸੰਨਤਾ ਵਿੱਚ ਹੋਵੇ, ਬੜੇ ਖੇੜੇ ਵਿੱਚ ਹੋਵੇ, ਬੜੀ ਖੁਸ਼ੀ ਵਿੱਚ ਹੋਵੇ, ਕਹਿੰਦੇ ਖੁਰਾਕ ਘੱਟ ਜਾਂਦੀ ਹੈ, ਖਾਣਾ ਘੱਟ ਜਾਂਦਾ। ਇੱਕ ਉਦਾਹਰਣ ਦੇਣਾ, ਅਕਸਰ ਹਿੰਦੁਸਤਾਨ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਲੋਟੇ ਬੱਚੇ ਦੀ ਸ਼ਾਦੀ ਹੋਵੇ ਤੇ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਮਹਿਮਾਨ ਆਉਣ ਤੇ ਮਹਿਮਾਨ ਤਰ੍ਹਾਂ ਤਰ੍ਹਾਂ ਦੇ ਪਦਾਰਥ ਛੱਕ ਰਹੇ ਨੇ, ਤੇ ਹੁਣ ਉਸ ਮਾਂ ਨੂੰ ਕੋਈ ਆਖੇ ਤੂੰ ਵੀ ਛੱਕ, ਕਹਿੰਦੀ ਮੈਨੂੰ ਭੁੱਖ ਨਹੀਂ ਲੱਗੀ ਹੋਈ, ਇੱਧਰ ਭੱਜਦੀ ਪਈ ਹੈ, ਉੱਧਰ ਭੱਜਦੀ ਪਈ ਹੈ, ਮੈਨੂੰ ਭੁੱਖ ਨਹੀਂ। ਬਈ ਕਿਉਂ ਨਹੀਂ ਭੁੱਖ? ਇੰਨੀ ਖੁਸ਼ੀ ਨਾਲ ਭਰ ਗਈ ਹੈ, ਭੁੱਖ ਨੂੰ ਭੁੱਲ ਗਈ ਹੈ, ਭੁੱਖ ਨਹੀਂ, ਖੁਸ਼ੀ ਨਾਲ ਭਰ ਗਈ ਹੈ। ਤੇ ਖੁਸ਼ੀ ਤਾਕਤ ਦਿੰਦੀ ਹੈ, ਖੁਸ਼ੀ ਤਾਜ਼ਗੀ ਦਿੰਦੀ ਹੈ। ਵਕਤੀ ਤੌਰ ਤੇ ਇੱਕ ਜਿਹੜੀ ਖੁਸ਼ੀ ਹੈ ਉਸਨੇ ਭੁੱਖ ਨੂੰ ਘਟਾ ਦਿੱਤਾ ਹੈ, ਤੇ ਜਿਸ ਨੂੰ ਨਾਮ ਦੀ ਖੁਸ਼ੀ ਮਿਲੀ ਹੋਵੇ ਉੱਥੇ ਭੋਜਨ ਆਪੇ ਘਟ ਜਾਂਦਾ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। 15-15 ਦਿਨ ਗੁਰੂ ਨਾਨਕ ਨੇ ਕੁਛ ਨਹੀਂ ਛਕਿਆ, ਤੇ ਮਰਦਾਨਾ ਅਗਰ ਉੱਥੇ ਮੰਗਦਾ ਹੈ ਤਾਂ ਉਸਦਾ ਕਸੂਰ ਨਹੀਂ ਹੈ। ਉਹ ਦੂਜੇ ਚੌਥੇ ਦਿਨ ਕਹਿ ਦਿੰਦਾ ਸੀ ਬਾਬਾ ਹੁਣ ਤੇ ਭੋਜਨ ਦਾ ਇੰਤਜ਼ਾਮ ਕਰ, ਹੁਣ ਤੇ ਕੁਛ ਗੱਲ ਬਣਾ। 4 ਦਿਨ ਲੰਘ ਗਏ ਨੇ, 5 ਦਿਨ ਲੰਘ ਗਏ ਨੇ, ਹੁਣ ਤੇ ਭੋਜਨ ਦਾ ਉਪਰਾਲਾ ਹੋਵੇ, ਜਾਂ ਫਿਰ ਜਿਸ ਤਰ੍ਹਾਂ ਦੀ ਮਸਤੀ ਬਾਬਾ ਤੇਰੇ ਕੋਲ ਹੈ ਮੈਨੂੰ ਦੇ, ਉਹ ਖੁਸ਼ੀ ਮੈਨੂੰ ਦੇ, ਉਸ ਤਰ੍ਹਾਂ ਦੀ ਮਸਤੀ ਮੇਰੇ ਕੋਲ ਹੋਵੇ। ਇੱਥੇ ਬੰਗਾਲ ਵਿੱਚ ਇੱਕ ਮਾਤਾ ਹੋਈ ਹੈ, ਥੋੜਾ ਅਰਸਾ ਹੋਇਆ ਗੁਜ਼ਰੀ ਹੈ, ਉਹ 3 ਮਹੀਨਾ ਸਮਾਧੀ ਵਿੱਚ ਰਹੀ ਹੈ, ਅੰਦਰ ਬੜੀ ਖੁਸ਼ੀ ਵਿੱਚ ਰਹੀ, ਤੇ 3 ਮਹੀਨਿਆਂ ਤੋਂ ਬਾਅਦ ਉਸਦਾ ਵਜ਼ਨ ਤੋਲਿਆ ਗਿਆ, ਕਿਉਂਕਿ 3 ਮਹੀਨੇ ਉਸਨੇ ਖਾਧਾ ਨਹੀਂ, ਕੁਛ ਵੀ ਨਹੀਂ ਖਾਧਾ, ਵਜ਼ਨ ਘਟਿਆ ਨਹੀਂ, ਕੋਈ ਕਮਜ਼ੋਰੀ ਨਹੀਂ ਆਈ। ਉਸ ਤੋਂ ਫਿਰ ਅੰਦਾਜ਼ਾ ਲੈਣਾ ਪੈਂਦਾ ਇਹ ਲੰਬੀਆਂ ਸਮਾਧੀਆਂ ਵਿੱਚ ਜਿਹੜੇ ਮਹਾਂਪੁਰਸ਼ ਹੁੰਦੇ ਸਨ ਇਹ ਗੱਲਾਂ ਸਹੀ ਨੇ ਕਿ ਤਾਕਤ ਉਸੇ ਤਰੀਕੇ ਨਾਲ ਬਣੀ ਹੋਈ ਹੈ, ਸਰੀਰ ਦਾ ਵਜ਼ਨ ਨਹੀਂ ਘਟਿਆ, ਕਮਜ਼ੋਰੀ ਵੀ ਨਹੀਂ ਹੋਈ। ਸਾਹਿਬ ਕਹਿੰਦੇ ਨੇ ਕਿ ਚੌਥਾ ਲੱਛਣ ਜਿਹੜਾ ਉਸਦਾ ਹੈ, ਭੋਜਨ ਹੋਵੇਗਾ ਗੋਪਾਲ ਦਾ ਕੀਰਤਨ, ਪਰਮਾਤਮਾ ਦਾ ਨਾਮ ਜਪੇਗਾ, ਉਸ ਤੋਂ ਹੀ ਉਸਨੂੰ ਤਾਜ਼ਗੀ ਮਿਲ ਜਾਏਗੀ, ਉਸ ਤੋਂ ਹੀ ਉਸਨੂੰ ਖੁਸ਼ੀ ਮਿਲ ਜਾਏਗੀ। ਭੋਜਨ ਉਹ ਨਾਮ ਮਾਤਰ ਲਵੇਗਾ, ਵਾਸਤਵਿਕ ਉਸਦਾ ਜਿਹੜਾ ਭੋਜਨ ਹੈ ਉਹ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨ ਗੋਪਾਲ ਕੀਰਤਨ ਅਲਿਪ ਮਾਇਆ ਜਲ ਕਮਲ ਰਹਿੰਦੇ। ਸਾਹਿਬ ਕਹਿੰਦੇ ਉਸਦਾ ਜਿਹੜਾ ਭੋਜਨ ਹੋਵੇਗਾ ਉਹ ਗੋਪਾਲ ਦਾ ਕੀਰਤਨ ਹੋਵੇਗਾ, ਪ੍ਰਭੂ ਦੀ ਕੀਰਤੀ ਹੋਵੇਗੀ, ਇਸ ਖੁਰਾਕ ਤੋਂ ਬਿਨਾਂ ਉਹ ਰਹਿ ਨਹੀਂ ਸਕੇਗਾ। ਇਹ ਚੌਥਾ ਲੱਛਣ ਆ। ਤੇ ਪੰਜਵਾਂ ਸਾਹਿਬ ਕਹਿੰਦੇ ਨੇ ਪਰ ਨਿੰਦਾਨ ਸਰੋਤ ਸਰਵਣ ਆਪ ਤਿਆਗ ਸਗਲ ਰਹਿਣ ਕੇ। ਜਿੱਥੇ ਪਰਾਈ ਨਿੰਦਾ ਕਰਦਾ ਨਹੀਂ ਉੱਥੇ ਪਰਾਈ ਨਿੰਦਾ ਸੁਣਦਾ ਵੀ ਨਹੀਂ, ਕਦੇ ਨਹੀਂ ਸੁਣਦਾ। ਨਿੰਦਾ ਦਾ ਮਤਲਬ ਹੈ ਗੱਲ ਖਟਾ ਕੇ ਬਿਆਨ ਕਰਨੀ, ਤੇ ਉਸ ਤੱਕ ਦਾ ਮਤਲਬ ਹੈ ਗੱਲ ਵਧਾ ਕੇ ਬਿਆਨ ਕਰਨੀ, ਤੇ ਦੋਹਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਰੋਕਿਆ। ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਣਾ। ਬਈ ਇਹ ਕੰਮ ਬੜਾ ਔਖਾ, ਕਿਹੜਾ? ਉਸਤਤ ਤੇ ਨਿੰਦਾ ਨੂੰ ਤਿਆਗਣਾ। ਉਸਤਤ ਕੀ? ਗੱਲ ਵਧਾ ਕੇ ਬਿਆਨ ਕਰਦੇ ਹੈ। ਕੰਢਾ ਤੇ ਕਈ ਜਣਾ ਫੁੱਲ ਹੈ, ਫੁੱਲ ਹੈ। ਅੰਧੇਰਾ ਤੇ ਆਖੀ ਜਣਾ ਰੋਸ਼ਨੀ ਹੈ, ਰੋਸ਼ਨੀ ਹੈ। ਹੈ ਮਨਮੁਖ ਤੇ ਕਈ ਜਣਾ ਗੁਰਮੁਖ ਹੈ, ਗੁਰਮੁਖ ਹੈ। ਇਹ ਉਸਤਤ ਹੈ। ਤੇ ਨਿੰਦਾ ਕੀ ਹੈ? ਫੁੱਲ ਨੂੰ ਕੰਢਾ ਕਹੀ ਜਾਣਾ,
ਦਿਨ ਨੂੰ ਰਾਤ ਆਖੀ ਜਾਣਾ, ਭਗਤ ਨੂੰ ਦੁਸ਼ਟ ਆਖੀ ਜਾਣਾ, ਇਹ ਨਿੰਦਾ ਹੋ ਜਾਂਦੀ ਹੈ। ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਉਸਤਤ ਹੈ, ਤੇ ਇਹ ਦੋਵੇਂ ਝੂਠ ਨੇ ਮਨ ਮਹਿਲਾ ਹੁੰਦਾ। ਉਸਤਤ ਨਾਲ ਵੀ ਮਨ ਮਹਿਲਾ ਹੁੰਦਾ ਹੈ, ਨਿੰਦਾ ਨਾਲ ਵੀ ਹੁੰਦਾ। ਇਹ ਦੋਵੇਂ ਬੰਦੇ ਨੂੰ ਬਹਿਦੀ ਕਲਾ ਚ ਲੈ ਜਾਂਦੀਆਂ ਨੇ, ਉਸਤਤ ਤੇ ਨਿੰਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੋਕਦੇ ਨੇ, ਪੁਰਖਾ ਨਾ ਤੂੰ ਗੱਲ ਵਧਾ ਕੇ ਬਿਆਨ ਕਰ, ਨਾ ਤੂੰ ਗੱਲ ਘਟਾ ਕੇ ਬਿਆਨ ਕਰ। ਤੇ ਮਨੋਵਿਗਿਆਨੀ ਅੱਜ ਐਸਾ ਕਹਿ ਰਹੇ ਨੇ ਕਿ ਸਮੁੱਚੀ ਦੁਨੀਆਂ ਵਿੱਚ ਜਾਂ ਤੇ ਗੱਲ ਵਧਾ ਕੇ ਬਿਆਨ ਕੀਤੀ ਜਾਂਦੀ ਹੈ ਜਾਂ ਗੱਲ ਘਟਾ ਕੇ ਬਿਆਨ ਕੀਤੀ ਜਾਂਦੀ ਹੈ। ਗੱਲ ਜਿਤਨੀ ਹੈ ਉਤਨੀ ਨਹੀਂ ਆਖੀ ਜਾਂਦੀ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਸੱਚ ਹੈ। ਪਰ ਬੰਦਾ ਸੱਚ ਅਧੂਰਾ ਬੋਲਦਾ, ਕਈ ਦਫ਼ਾ ਫੁੱਲ ਨੂੰ ਫੁੱਲ ਤੇ ਕਹਿ ਦਿੰਦਾ ਤੇ ਹੁਣ ਇਹਨੂੰ ਆਖੋ ਤੂੰ ਕੰਡੇ ਨੂੰ ਕੰਡਾ ਕਰ, ਕਹਿੰਦਾ ਨਹੀਂ ਇਹ ਨਹੀਂ। ਕੰਡੇ ਨੂੰ ਕੰਡਾ ਆਖੋ ਨਹੀਂ ਚੁੱਭੇਗਾ, ਸਾਨੂੰ ਵੀ ਪਰੇਸ਼ਾਨ ਕਰੇਗਾ, ਸਾਨੂੰ ਤਕਲੀਫ ਦੇਵੇਗਾ। ਤੋ ਬੰਦਾ ਸੱਚ ਅੱਧਾ ਹੀ ਬੋਲਦਾ, ਸ਼ਰੀਫ ਨੂੰ ਸ਼ਰੀਫ ਕਹਿ ਦਿੰਦਾ, ਬਦਮਾਸ਼ ਨੂੰ ਬਦਮਾਸ਼ ਆਖਾਂ ਦੀ ਹਿੰਮਤ ਨਹੀਂ ਹੈ, ਗੁਰਮੁਖ ਨੂੰ ਤੇ ਗੁਰਮੁਖ ਕਹਿ ਦਿੰਦਾ, ਦੁਸ਼ਟ ਨੂੰ ਦੁਸ਼ਟ ਆਖਣ ਦੀ ਹਿੰਮਤ ਨਹੀਂ ਹੈ। ਅਧੂਰਾ ਸੱਚ ਬੋਲਦਾ ਤੇ ਅਧੂਰਾ ਜਿਹੜਾ ਸੱਚ ਬੋਲਦਾ ਉਹ ਝੂਠ ਹੀ ਹੁੰਦਾ। ਸੱਚ ਆਉਂਦਾ ਜਾਂ ਤੇ ਪੂਰਨ ਹੁੰਦਾ, ਮੁਕੰਮਲ ਹੁੰਦਾ, ਅਧੂਰਾ ਨਹੀਂ ਹੁੰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਿਖਿਤ ਜ਼ਫਰਨਾਮਾ ਮੈਂ ਇੱਕ ਦਿਨ ਪੜ੍ਹ ਰਿਹਾ ਸੀ। ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਛ ਔਰੰਗਜ਼ੇਬ ਦੀਆਂ ਖੂਬੀਆਂ ਵੀ ਲਿਖੀਆਂ ਨੇ, ਉਹਦੀਆਂ ਸਿਫਤਾਂ ਵੀ, ਉਹਦੀਆਂ ਖੂਬੀਆਂ। ਮਹਾਂਪੁਰਖ ਦੀ ਇਹ ਪਹਿਚਾਣ ਹੈ ਕਿ ਉਹ ਨਾ ਨਿੰਦਾ ਕਰੇਗਾ ਨਾ ਉਸਤਤ ਕਰੇਗਾ, ਗੱਲ ਜਿਤਨੀ ਹੈ ਉਤਨੀ ਕਰਨੀ। ਸਾਹਿਬ ਕਹਿੰਦੇ ਨੇ ਐ ਔਰੰਗਜ਼ੇਬ, ਇੱਕ ਤੇ ਪਰਿਪੂਰਨ ਪਰਮਾਤਮਾ ਨੇ ਤੈਨੂੰ ਖੂਬਸੂਰਤ ਬਣਾਇਆ, ਦੂਸਰਾ ਤੂੰ ਨਿਸ਼ਾਨਚੀ ਹੈ, ਤੇਰਾ ਨਿਸ਼ਾਨਾ ਖਤਾ ਨਹੀਂ ਜਾਂਦਾ, ਤੀਸਰਾ ਤੂੰ ਨੀਤੀ ਦਾ ਬੜਾ ਪੰਡਿਤ ਹੈ, ਰਾਜਨੀਤਿਕ ਹੈ, ਬਹੁਤ ਉੱਘਾ ਰਾਜਨੀਤਿਕ ਹੈ, ਤੇ ਚੌਥਾ ਤੂੰ ਰੋਜ਼ੇ ਵੀ ਰੱਖਦਾ, ਨਿਮਾਜ਼ ਵੀ ਪੜ੍ਹਦਾ, ਹੱਥ ਵਿੱਚ ਤਸਬੀਹ ਵੀ ਰੱਖਦਾ, ਉੱਠਦਾ ਤੂੰ ਅਲਲ ਸੁਭਾਅ ਹੈ, ਅੰਮ੍ਰਿਤ ਵੇਲੇ ਉੱਠਦਾ, ਜ਼ਕਾਤ ਵੀ ਦੇਣਾ, ਦਾਨ ਵੀ ਕਰਨਾ, ਫਿਰ ਹੱਥ ਨਾਲ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਬਾਜ਼ਾਰ ਵਿਕਦੀ ਹੈ, ਉਸ ਦੇ ਨਾਲ ਤੂੰ ਰਿਜ਼ਕ ਖਾਂਦਾ, ਰੋਟੀ ਖਾਂਦਾ, ਖਜ਼ਾਨੇ ਦੇ ਪੈਸੇ ਦੀ ਤੂੰ ਰੋਟੀ ਵੀ ਨਹੀਂ ਖਾਂਦਾ, ਇਤਨਾ ਵੱਡਾ ਤੂੰ ਪਰਹੇਜ਼ਗਾਰ ਹੈ, ਇਹ ਤੇਰੀਆਂ ਖੂਬੀਆਂ ਨੇ, ਇਹ ਤੇ ਮੈਂ ਮੰਨਦਾ, ਪਰ ਤੂੰ ਫਕੀਰ ਨਹੀਂ ਹੈ, ਖੁਦਾ ਸ਼ਨਾਸ ਨਹੀਂ ਹੈ, ਮਹਾਂ ਝੂਠਾ ਤੇ ਭਰੇ ਵੀ ਹੈ, ਤੂੰ ਰਾਮਨ ਨਾ ਦਾਨਮ ਕੇ ਯਸਨਾ ਸ਼ਨਾਸ, ਬਰਾਮਦ ਜ਼ਤੋ ਕਾਰ ਆਦਿਲ ਖਰਾਸ਼, ਮੈਂ ਤੈਨੂੰ ਖੁਦਾ ਸ਼ਨਾਸ ਨਹੀਂ ਮੰਨਦਾ, ਤੂੰ ਆਖੇ ਮੈਂ ਖੁਦਾ ਨੂੰ ਜਾਣਨ ਵਾਲਾ ਕਦੇ ਹੀ ਨਹੀਂ, ਤੂੰ ਦੁਸ਼ਟ ਹੈ, ਕਠੋਰ ਹੈ, ਤੂੰ ਤੇ ਆਪਣੇ ਭਰਾਵਾਂ ਨੂੰ ਕਤਲ ਕਰ ਛੱਡਿਆ, ਤੂੰ ਆਪਣੇ ਪਿਓ ਨੂੰ ਕੈਦ ਕਰ ਛੱਡਿਆ, ਔਰੰਗਜ਼ੇਬ ਨੇ ਪਿਓ ਨੂੰ ਵੀ ਕੈਦ ਕਰ ਛੱਡਿਆ ਸੀ, ਔਰ ਜਿਸ ਵਕਤ ਕੈਦ ਕੀਤਾ ਹੈ, ਦਰਵਾਜ਼ਾ ਬੰਦ ਕਰਕੇ ਤਾਲਾ ਮਾਰ ਕੇ ਚਾਬੀ ਆਪਣੇ ਕੋਲ ਰੱਖ ਲਈ, ਸੰਤਰੀ ਨੂੰ ਨਹੀਂ ਦਿੱਤੀ, ਸਿਪਾਹੀ ਨੂੰ ਨਹੀਂ ਦਿੱਤੀ, ਔਰ ਹੁਕਮ ਕਰ ਦਿੱਤਾ ਜਿਸ ਵਕਤ ਦੋ ਟਾਈਮ ਰੋਟੀ ਜਾਏਗੀ ਮੇਰੇ ਸਾਹਮਣੇ ਜਾਵੇ, ਮੈਂ ਦਰਵਾਜ਼ਾ ਖੋਲਾਂਗਾ। ਆ ਸ਼ੱਕ ਸੀ, ਮਤਾਂ ਕੋਈ ਕੱਢ ਦੇਵੇ, ਮਤਾਂ ਕੋਈ ਭਜਾ ਦੇਵੇ ਮੇਰੇ ਪਿਓ ਨੂੰ, ਤੇ ਮੇਰਾ ਪਿਓ ਫਿਰ ਕੋਈ ਲਾਓ ਲਸ਼ਕਰ ਇਕੱਠਾ ਕਰਕੇ ਲਿਆਵੇ ਤੇ ਮੇਰੇ ਕੋਲ ਰਾਜਪਾਠ ਖੋਲਵੇ। ਇਸ ਵਾਸਤੇ ਚਾਬੀ ਆਪਣੇ ਕੋਲ ਰੱਖਦਾ ਸੀ। ਗਰਮੀਆਂ ਦੇ ਦਿਨ ਸਨ, ਆਗਰੇ ਦੇ ਕਿਲੇ ਵਿੱਚ ਕੈਦ ਸੀ ਸ਼ਾਹਜਹਾਂ, ਜੇਲ੍ਹ ਦੇ ਦਰਵਾਜ਼ੇ ਦੀਆਂ ਸਲਾਖਾਂ ਬੜੀਆਂ ਬਾਰੀਕ ਸਨ। ਸ਼ਾਹਜਹਾਂ ਨੂੰ ਪਿਆਸ ਲੱਗੀ ਤੇ ਸਿਪਾਹੀ ਨੂੰ ਕਹਿਣ ਲੱਗਾ ਪਾਣੀ ਚਾਹੀਦਾ, ਗਰਮੀਆਂ ਦੇ ਦਿਨ ਸਨ, ਬੜੀ ਤ੍ਰਿਖਾ ਲੱਗੀ, ਪਾਣੀ ਚਾਹੀਦਾ।
ਸਿਪਾਹੀ ਕਹਿਣ ਲਗਾ ਬਈ ਜਹਾਂ ਬਣਾ, ਦਰਵਾਜ਼ੇ ਵਿੱਚੋਂ ਤਾਂ ਮੈਂ ਪਾਣੀ ਦਾ ਗਿਲਾਸ ਦੇ ਨਹੀਂ ਸਕਦਾ, ਬਹੁਤ ਛੋਟੇ ਸੁਰਾਖ, ਤੇ ਚਾਬੀ ਔਰੰਗਜ਼ੇਬ ਕੋਲ ਹੈ। ਸ਼ਾਹਜਹਾਂ ਕਹਿਣ ਲੱਗਾ, ਔਰੰਗਜ਼ੇਬ ਮੇਰਾ ਬੱਚਾ ਹੈ, ਮੇਰਾ ਲੜਕਾ ਹੈ, ਜਾ ਤੂੰ ਉਹਨੂੰ ਕਹਿ ਤੇਰੇ ਬਾਪੂ ਨੂੰ ਤੇਰੇ ਅੱਬਾ ਨੂੰ ਪਿਆਸ ਲੱਗੀ, ਉਹ ਆਪ ਆ ਜਾਏਗਾ, ਪਾਣੀ ਪਿਲਾ ਜਾਏਗਾ। ਸਿਪਾਹੀ ਜਿਉਂ ਪਹੁੰਚਿਆ ਔਰੰਗਜ਼ੇਬ ਦੇ ਕੋਲ ਤੇ ਕਹਿ ਦਿੱਤਾ, ਸ਼ਾਹਜਹਾਂ ਨੂੰ ਪਿਆਸ ਲੱਗੀ ਹੈ, ਤ੍ਰਿਖਾ ਲੱਗੀ ਹੈ, ਲਿਆਜ਼ਾ ਦਰਵਾਜ਼ਾ ਖੋਲਣਾ। ਔਰੰਗਜ਼ੇਬ ਕਹਿਣ ਲੱਗੇ, ਨਹੀਂ, ਰਾਤ ਦੇ ਵਕਤ ਜੋ ਰੋਟੀ ਜਾਏਗੀ ਉਦੋਂ ਪਾਣੀ ਚਲਾ ਜਾਏਗਾ, ਹੁਣ ਮੈਂ ਨਹੀਂ ਜਾਣਾ, ਹੁਣ ਦਰਵਾਜ਼ਾ ਨਹੀਂ ਖੋਲਣਾ। ਸਿਪਾਹੀ ਵਾਪਸ ਆ ਗਿਆ ਤੇ ਕਹਿੰਦਾ, ਸ਼ਾਹਜਹਾਂ ਜਹਾਂ ਬਣਾ, ਰਾਤ ਨੂੰ ਜਿਸ ਵਕਤ ਰੋਟੀ ਆਵੇਗੀ ਪਾਣੀ ਵੀ ਆ ਜਾਏਗਾ, ਹੁਣ ਨਹੀਂ ਮਿਲ ਸਕਦਾ। ਔਰੰਗਜ਼ੇਬ ਕਹਿੰਦਾ, ਹੁਣ ਦਰਵਾਜ਼ਾ ਨਹੀਂ ਖੁੱਲਦਾ। ਰੋ ਪਿਆ ਉੱਥੇ ਸ਼ਾਹਜਹਾਂ, ਜ਼ਾਰੋ ਜ਼ਾਰ, ਪਿਆਸ ਉਸਨੂੰ ਬੜੀ ਲੱਗੀ ਸੀ, ਦਿਲ ਨੂੰ ਇਤਨੀ ਚੋਟ ਲੱਗੀ, ਜ਼ਬਾਨ ਚੋਂ ਕੁਝ ਫਿਕਰੇ ਨਿਕਲੇ ਨੇ ਸ਼ਾਇਰੀ ਦੇ ਰੂਪ ਵਿੱਚ, ਤੇ ਹਿੰਦੁਸਤਾਨ ਵਿੱਚ ਆਲਮਾਂ ਦੀ ਦੁਨੀਆਂ ਵਿੱਚ ਸ਼ਾਹਜਹਾਂ ਦੇ ਇਹ ਗੀਤ ਬੜੇ ਮਸ਼ਹੂਰ ਹੈ। ਆਲਮਾਂ ਦੀ ਦੁਨੀਆਂ ਵਿੱਚ, ਸਿਆਣਿਆਂ ਦੀ ਦੁਨੀਆਂ 'ਚ, ਤੁਸੀਂ ਧਿਆਨ ਨਾਲ ਸਰਵਣ ਕਰਨਾ, ਸ਼ਾਹਜਹਾਂ ਦੀ ਜ਼ਬਾਨ ਚੋਂ ਇਹ ਬੋਲ ਨਿਕਲੇ, ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਏ ਬੂਦਮ, ਇਮਰੋਜ ਹੈ ਮੋਹਤਾਜ ਹੈ ਯਕ ਕਾ ਸਹਿਆਵਾ। ਸ਼ਾਹਜਹਾਂ ਕਹਿੰਦਾ, ਐ ਮੇਰੇ ਬੱਚੇ, ਐ ਹੋਣਹਾਰ ਬੱਚੇ, ਇੱਕ ਦਿਨ ਮੈਂ ਲੱਖਾਂ ਅਸਵਾਰਾਂ ਦਾ ਮਾਲਕ ਸੀ, ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਰ ਬੂਦਮ, ਇੱਕ ਦਿਨ ਮੈਂ ਹਜ਼ਾਰਾਂ ਅਸਵਾਰਾਂ ਦਾ ਮਾਲਕ ਸੀ, ਇਮਰੋਜ ਹੈ ਮੋਹਤਾਜ ਹੈ ਯਕ ਕਾ ਸਹਿਆਵਾ, ਅੱਜ ਮੈਂ ਮੋਹਤਾਜ ਹਾਂ ਇੱਕ ਗਿਲਾਸ ਪਾਣੀ ਵਾਸਤੇ, ਨਹੀਂ ਹੈ ਦਰੀ ਦੁਨੀਆ ਮਗਰੂਰ ਨਾ ਬਾਇਦ ਬੋਲ, ਇਸ ਝੂਠੀ ਦੁਨੀਆ ਦਾ ਇਸ ਢੰਗ ਨਾਲ ਮਾਣ ਨਹੀਂ ਕਰਨਾ ਚਾਹੀਦਾ, ਮੈਨੂੰ ਹੀ ਵੇਖ, ਮੈਂ ਕੱਲ ਹਿੰਦੁਸਤਾਨ ਦੇ ਤਖ਼ਤ ਦਾ ਵਾਰਸ, ਅੱਜ ਪਾਣੀ ਦੇ ਗੁੱਟ ਵਾਸਤੇ ਤਰਸਦਾ ਪਿਆ, ਮੈਨੂੰ ਵੇਖ, ਮੈਥੋਂ ਸਿਕਸ਼ਾ ਹੈ। ਅੱਗੇ ਜਿਹੜੀ ਗੱਲ ਕਹੀਏ ਸ਼ਾਹਜਹਾਂ ਨੇ ਬੜੀ ਕੀਮਤੀ ਕਹਿ ਦਿੱਤੀ, ਉਹ ਕਹਿੰਦਾ, ਆਫਰੀ ਹਿੰਦੂਆਂ ਹਰ ਬਾਪ, ਹੁਣ ਕੋਈ ਮੁਸਲਿਮ ਮੁਗਲ ਸ਼ਹਿਨਸ਼ਾਹ ਹਿੰਦੂਆਂ ਦੇ ਬਾਰੇ ਇਹ ਗੱਲ ਆ ਕੇ ਬੜੀ ਕੀਮਤੀ ਹੈ, ਕਹਿੰਦਾ, ਆਫਰੀ ਹਿੰਦੂਆਂ ਹਰ ਬਾਬ ਕਿ ਮੁਰਦਾ ਰਾਮੇ ਦਿਹੰਦ ਦਾਇਮ ਆਬ, ਸ਼ਾਬਾਸ਼ ਹੈ ਹਿੰਦੂਆਂ ਤੇ, ਆਫਰੀਨ ਹੈ ਹਿੰਦੂਆਂ ਤੇ ਕਿ ਉਹ ਮਰ ਵੀ ਜਾਏ ਤੇ ਪਾਣੀ ਦੇ ਦੇਣ, ਮਾਂ ਮਰ ਵੀ ਜਾਏ ਤੇ ਪਾਣੀ ਦੇ ਦੇਣ, ਪਿਤਰਾਂ ਨੂੰ ਪਾਣੀ ਦੇ ਦੇਣ, ਪਿਓ ਮਰ ਗਿਆ ਦਾਦਾ ਮਰ ਗਿਆ ਪਾਣੀ ਪੈ ਦਿੰਦੇ ਨੇ, ਆਫਰੀ ਹਿੰਦੂਆਂ ਹਰ ਬਾਬ ਕੇ ਮੁਰਦਾ ਰਾਮੇ ਦਿਹੰਦ ਦਾਇਮ ਆਬ, ਐ ਕਿਸਰ ਤੂੰ ਅਜਬ ਮੁਸਲਮਾਨੀ, ਜ਼ਿੰਦਾ ਰਾਮੇ ਜਾਨਮ ਬ ਆਬ ਨ ਰਸਾਨੀ, ਐ ਮੇਰੇ ਬੱਚੇ ਤੂੰ ਅਜੀਬ ਮੁਸਲਮਾਨ ਹੈ, ਕਿਉਂ ਤੇਰਾ ਪਾਣੀ ਦੇ ਘੁੱਟ ਵਾਸਤੇ ਤਰਸਦਾ ਪਿਆ ਜ਼ਿੰਦਾ ਤੇ ਤੂੰ ਪਾਣੀ ਨਹੀਂ ਦਿੰਦਾ, ਸ਼ਾਬਾਸ਼ ਹੈ ਹਿੰਦੂਆਂ ਤੇ ਮਰੇ ਹੋਏ ਪਿਓ ਨੂੰ ਪਾਣੀ ਦੇਈ ਜਾਂਦੇ ਨੇ, ਮਰੇ ਹੋਏ ਦਾਦੇ ਨੂੰ ਪਾਣੀ ਦੇਈ ਜਾਂਦੇ ਨੇ, ਤੂੰ ਜੀਵਦੇ ਨੂੰ ਨਹੀਂ ਦੇਂਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਐ ਔਰੰਗਜ਼ੇਬ ਇਹ ਤੇ ਠੀਕ ਹੈ, ਤੂੰ ਖੂਬਸੂਰਤ ਹੈ, ਨਿਸ਼ਾਨਚੀ ਹੈ, ਰਾਜਨੀਤਿਕ ਹੈ, ਅੰਮ੍ਰਿਤ ਵੇਲੇ ਉੱਠਦਾ, ਰੋਜ਼ੇ ਰੱਖਦਾ, ਨਮਾਜ਼ ਪੜ੍ਹਦਾ, ਤਸਬੀਹ ਫੇਰਦਾ, ਪਰ ਸਭ ਕੁਛ ਕਰਦੇ ਹੋਇਆ ਵੀ ਤੂੰ ਦੁਸ਼ਟ ਹੈ, ਤੁਰਾ ਮਨ ਨਦਾਨਮ ਕਿ ਯਜ਼ਨਾ ਸ਼ਨਾਸ, ਬਰਾਮਦ ਜ਼ਤੋ ਕਾਰ ਹਾ ਦਿਲ ਖਰਾਸ਼, ਤੂੰ ਖੁਦਾ ਸ਼ਨਾਸ ਨਹੀਂ ਹੈ, ਤੂੰ ਖੁਦਾ ਨੂੰ ਨਹੀਂ ਸਮਝਿਆ,
ਜੇ ਕਿਧਰੇ ਖੁਦਾ ਨੂੰ ਸਮਝ ਆਉਂਦਾ ਤੇ ਪਾਣੀ ਦੇ ਘੁੱਟ ਵਾਸਤੇ ਪਿਆਸਾ ਤੂੰ ਕਿਉਂ ਨੂੰ ਨਹੀਂ ਮਾਰਨਾ ਸੀ? ਤੂੰ ਕਿੱਥੇ ਜਾਣਿਆ? ਤੇਰਾ ਹਿਰਦਾ ਇਤਨਾ ਸਖਤ, ਤੂੰ ਇਤਨਾ ਕਠੋਰ, ਤੂੰ ਇਤਨਾ ਜ਼ਾਲਿਮ। ਹੁਣ ਖੂਬੀਆਂ ਵੀ ਬਿਆਨ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ, ਇੱਥੇ ਮਹਾਂਪੁਰਸ਼ ਦੀ ਪਹਿਚਾਣ ਹੈ। ਵਰਨਾ ਹਿਰਦੇ ਚ ਵੈਰ ਹੋਵੇ ਤੇ ਬੰਦਾ ਖੂਬੀਆਂ ਦਾ ਜ਼ਿਕਰ ਨਹੀਂ ਕਰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਖੂਬੀਆਂ ਦਾ ਜ਼ਿਕਰ ਕਰਦੇ ਨੇ, ਤੂੰ ਬਹੁਤ ਅੱਛਾ ਨਿਸ਼ਾਨਚੀ ਹੈ, ਰੱਬ ਨੇ ਤੈਨੂੰ ਬੜਾ ਖੂਬਸੂਰਤ ਬਣਾਇਆ, ਤੂੰ ਅੰਮ੍ਰਿਤ ਵੇਲੇ ਉੱਠਦਾ, ਤੂੰ ਤਸਬੀਹ ਖੇਰਦਾ, ਤੂੰ ਜ਼ਕਾਤ ਦੇਣਾ, ਤੂੰ ਰੋਜ਼ੇ ਰੱਖਦਾ, ਤੂੰ ਨਮਾਜ਼ ਪੜ੍ਹਦਾ, ਇਤਨੇ ਤੱਕ ਤੇ ਮੈਂ ਮੰਨਦਾ, ਪਰ ਤੂੰ ਖੁਦਾ ਸ਼ਨਾਸ ਨਹੀਂ ਹੈ, ਤੂੰ ਰੱਬ ਨੂੰ ਨਹੀਂ ਜਾਣਿਆ, ਤੂੰ ਪਰਮਾਤਮਾ ਨੂੰ ਨਹੀਂ ਜਾਣਿਆ, ਤੂੰ ਕਠੋਰ ਹਿਰਦੇ ਦਾ ਮਾਲਕ ਹੈ, ਤੂੰ ਦੁਸ਼ਟ ਹੈ, ਤੂੰ ਫਰੇਬੀ ਹੈ। ਤੇ ਅਗਾਂਹ ਚੱਲ ਕੇ ਮੇਰੇ ਪਾਤਸ਼ਾਹ ਕਹਿੰਦੇ ਨਾ, ਅਗਰ ਸਤਿਗੁਰਾਂ ਬਾਹੁਰੀ ਕਸਮ ਮਰਾ ਏਤਬਾਰ ਨਾ ਯਕ ਜ਼ਰਰਾ ਦਮ, ਜੇ ਤੂੰ ਹਜ਼ਾਰਾਂ ਵੀ ਕਸਮਾਂ ਕੁਸਾਨ ਕੁਰਾਨ ਦੀਆਂ ਮੇਰੇ ਅੱਗੋਂ ਖਾਵੇਂ, ਮੈਂ ਇੱਕ ਕਸਮ ਤੇ ਵੀ ਭਰੋਸਾ ਕਰਨ ਵਾਲਾ ਨਹੀਂ। ਮੈਂ ਤੈਨੂੰ ਜਾਣਦਾ ਤੂੰ ਕਿੰਨਾ ਝੂਠਾ ਹੈ, ਮੈਂ ਤੈਨੂੰ ਜਾਣਦਾ ਤੂੰ ਕਿੰਨਾ ਫਰੇਬੀ ਹੈ, ਮੈਂ ਤੈਨੂੰ ਜਾਣਦਾ ਤੂੰ ਕਿੰਨਾ ਕਠੋਰ ਹੈ। ਹੁਣ ਇਹ ਨਿੰਦਾ ਨਹੀਂ ਹੈ, ਇਹ ਉਸਤਤ ਵੀ ਨਹੀਂ, ਸੱਚ ਹੈ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਤੇ ਹੋ ਜਾਂਦੀ ਹੈ ਸੱਚ। ਗੱਲ ਵਧਾ ਕੇ ਬਿਆਨ ਕਰਨੀ, ਇਹ ਹੋ ਜਾਂਦੀ ਉਸਤਤ। ਗੱਲ ਘਟਾ ਕੇ ਬਿਆਨ ਕਰਨੀ, ਇਹ ਹੋ ਜਾਂਦੀ ਹੈ ਨਿੰਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਜਵਾਂ ਲੱਛਣ ਜਿਹੜਾ ਮਹਾਂਪੁਰਸ਼ ਦਾ ਹੈ, ਨਾ ਉਹ ਨਿੰਦਾ ਦੇ ਚਾਹੁੰਦਾ, ਨਾ ਉਸਤਤ ਦੇ ਚਾਹੁੰਦਾ, ਨਾ ਨਿੰਦਾ ਕਰਦਾ, ਨਾ ਨਿੰਦਾ ਸੁਣਦਾ। ਗੱਲ ਖਤਮ। ਨਾ ਉਹਨੂੰ ਸੁਣਨ ਦਾ ਸ਼ੌਕ ਤੇ ਨਾ ਉਹਨੂੰ ਕਰਨ ਦਾ ਸ਼ੌਕ। ਕਹਿੰਦੇ ਨਿੰਦਾ ਦੇ ਚ ਰਸ ਬਣਦਾ ਹੈ। ਬੰਦਾ ਜਿਸ ਵਕਤ ਨਿੰਦਾ ਕਰਦਾ ਕਿਸੇ ਦੀ ਰਸ ਹੈ, ਕਿਉਂਕਿ ਅਗਲਾ ਘਟਾ ਕੇ ਜੋ ਬਿਆਨ ਕਰ ਰਿਹਾ, ਕਮ ਸੇ ਕਮ ਅਗਲਾ ਮੇਰੇ ਨਾਲੋਂ ਵੀ ਘਟ ਗਿਆ ਨਾ, ਤੋ ਰਸ ਬਣਦਾ ਹੈ, ਅਹੰਕਾਰ ਨੂੰ ਰਸ ਮਿਲਦਾ, ਤ੍ਰਿਪਤੀ ਮਿਲਦੀ ਹੈ। ਹੁਣ ਬੰਦਾ ਉਸਤਤ ਵੀ ਕਰਨਾ ਚਾਹੁੰਦਾ ਹੈ, ਬੰਦਾ ਨਿੰਦਾ ਵੀ ਕਰਨਾ ਚਾਹੁੰਦਾ, ਬੰਦਾ ਉਸਤਤ ਵੀ ਸੁਣਨਾ ਚਾਹੁੰਦਾ, ਬੰਦਾ ਨਿੰਦਾ ਵੀ ਸੁਣਨਾ ਚਾਹੁੰਦਾ। ਸ਼ਰਤ ਇਤਨੀ ਹੈ ਕਿ ਉਸਤਤ ਆਪਣੀ ਹੋਵੇ ਤੇ ਨਿੰਦਾ ਦੂਜੇ ਦੀ ਹੋਵੇ, ਫਿਰ ਬੜਾ ਰਸ ਬਣਦਾ ਹੈ। ਪਰ ਹੁਣ ਨਿੰਦਾ ਆਪਣੀ ਹੋਵੇ ਤੇ ਉਸਤਤ ਦੂਜੇ ਦੀ ਹੋਵੇ, ਫਿਰ ਬੜਾ ਦੁੱਖ ਬਣਦਾ ਹੈ, ਫਿਰ ਬੜੀ ਬੇਚੈਨੀ, ਫਿਰ ਬੜੀ ਪਰੇਸ਼ਾਨੀ। ਕਬੀਰ ਜੈਸਾ ਸੰਤ ਕਹਿੰਦਾ ਹੈ, ਮੈਨੂੰ ਨਿੰਦਾ ਸੁਣਨ ਦਾ ਸ਼ੌਕ ਹੈ, ਨਿੰਦੋ ਨਿੰਦੋ ਮੋਕੋ ਲੋਭ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਦਾਰੀ। ਇਹ ਨਿੰਦ ਕੋ ਜਿਤਨੀ ਰੱਜ ਕੇ ਕਰਨੀ ਹੈ ਨਿੰਦਾ ਕਰੋ। ਕਿਉਂ? ਕਿ ਨਿੰਦਾ ਤੇ ਨਿੰਦਕ ਤੇ ਮੇਰੇ ਮਾਂ ਬਾਪ ਦੀ ਤਰ੍ਹਾਂ ਨੇ, ਜਿਵੇਂ ਮਾਂ ਬਾਪ ਮੇਰੀ ਪਾਲਣਾ ਕਰਦੇ ਰਹੇ ਨੇ, ਇਸ ਤਰ੍ਹਾਂ ਨਿੰਦਕ ਮੈਨੂੰ ਸਾਵਧਾਨ ਰੱਖਦੇ ਨੇ, ਸੁਚੇਤ ਰੱਖਦੇ ਨੇ, ਕਿਉਂਕਿ ਜਿਹੜੀ ਜਿਹੜੀ ਗੱਲਾਂ ਦੀ ਉਹ ਨਿੰਦਾ ਕਰਦੇ ਨੇ, ਮੈਂ ਸੁਚੇਤ ਹੋ ਜਾਵਾਂ, ਸਾਵਧਾਨ ਹੋ ਜਾਵਾਂ। ਇਸ ਵਾਸਤੇ ਨਿੰਦਾ ਬਾਪ ਨਿੰਦਾ ਮਹਿਤਾਰੀ, ਉਹ ਤੇ ਮੇਰੇ ਮਾਂ ਬਾਪ ਦੀ ਤਰ੍ਹਾਂ ਹੈ। ਇੱਧਰ ਕਾਠੀਆਵਾਦ ਗੁਜਰਾਤ ਦੇ ਇਲਾਕੇ ਵਿੱਚ ਇੱਕ ਸੰਤ ਹੋਇਆ ਦਇਆ ਰਾਮ ਕਰਕੇ, ਉਹ ਕਹਿੰਦਾ ਮੈਂ ਮਾਂ ਬਾਪ ਨਾਲੋਂ ਵੀ ਨਿੰਦਕ ਨੂੰ ਜ਼ਿਆਦਾ ਸਨਮਾਨ ਦੇਣਾ, ਜ਼ਿਆਦਾ। ਬਈ ਕਿਉਂ? ਮਾਂ ਨੂੰ ਮਾਤ ਪਿਤਾ ਹੋਵੇ, ਨਿੰਦਕ ਕੋ ਅਤਿ ਨੇਹੁ, ਮੋਹ ਬੋਧ ਹੋਏ ਮਲਮੂਤਰ ਕਰ, ਇਹ ਰਸ ਨਾ ਲਖ ਲਿਓ। ਮਾਂ ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ, ਤੇ ਨਿੰਦਕ ਸਾਫ ਕਰਦਾ ਜ਼ਬਾਨ ਨਾਲ, ਇਹ ਤੇ ਮਾਂ ਨਾਲੋਂ ਵੀ ਜ਼ਿਆਦਾ ਪੂਜ ਹੈ, ਇਹ ਤੇ ਪਿਓ ਨਾਲੋਂ ਵੀ ਜ਼ਿਆਦਾ ਪੂਜ ਹੈ। ਈਰਾਨ ਵਿੱਚ ਇੱਕ ਬੜੇ ਪ੍ਰਸਿੱਧ ਸੰਤ ਹੋਏ ਨੇ ਸ਼ੇਖ ਸਾਦੀ ਸਾਹਿਬ, ਉਹ ਕਹਿੰਦੇ ਨੇ ਅੱਜ ਸੋਹਬਤ ਦੋਸਤ ਰੰਜਮ ਬਸਮਾਪਤੀ ਕਰਦੇ ਹਾਂ। ਕਹਿੰਦਾ ਮੈਂ ਦੋਸਤਾਂ ਤੋਂ ਬੜਾ ਦੁਖੀ ਹਾਂ, ਦੋਸਤਾਂ ਤੋਂ, ਮਿੱਤਰਾਂ ਤੋਂ। ਲੋਕੀ ਮਿੱਤਰ ਲੋੜਦੇ ਨੇ, ਲੋਕੀ ਦੋਸਤਾਂ ਨੂੰ ਲੱਭਦੇ ਨੇ, ਇਹ ਕਹਿੰਦਾ ਮੈਂ ਦੋਸਤਾਂ ਤੋਂ ਔਖਾ, ਮੈਨੂੰ ਦੋਸਤ ਨਹੀਂ ਚਾਹੀਦੇ, ਮਿੱਤਰ ਨਹੀਂ ਚਾਹੀਦੇ। ਬਈ ਕਿਉਂ? ਅੱਜ ਸੋਹਬਤ ਦੋਸਤ ਰੰਜਮ ਕੇ ਇਖਲਾਕ ਬਦਮ ਹੁਸਨ ਨੁਮਾਇਦਾ,
ਕਹਿੰਦਾ ਜਿਹੜੇ ਮੇਰੇ ਦੋਸਤ ਨੇ ਨਾ, ਇਹ ਮੇਰੀ ਬਦ ਇਖਲਾਕੀ ਨੂੰ ਵੀ ਇਖਲਾਕ ਕਹਿੰਦੇ ਨੇ, ਮੇਰੇ ਔਗੁਣਾਂ ਨੂੰ ਗੁਣ ਕਹਿੰਦੇ ਨੇ, ਮੇਰੀਆਂ ਗਲਤੀਆਂ ਨੂੰ ਮਹਾਨ ਕਹਿੰਦੇ ਨੇ। ਐਬਮ ਹੁਨਰੋ ਕਮਾਲ ਬੀਨਤ ਹਾਰਮ ਗੁਲ ਯਾ ਸੁਨੀ ਨੁਮਾਇਦ, ਜਿਹੜੇ ਮੇਰੇ ਕੰਢੇ ਨੇ ਉਹਨਾਂ ਨੂੰ ਫੁੱਲ ਆਖੀ ਜਾਂਦੇ ਨੇ, ਜਿਹੜੇ ਮੇਰੇ ਬਾਪ ਨੇ ਉਹਨਾਂ ਨੂੰ ਬੁਨ ਆਖੀ ਜਾਂਦੇ ਨੇ, ਜਿਹੜੀਆਂ ਮੇਰੀਆਂ ਵੱਧ ਇਖਲਾਕੀਆਂ ਨੇ ਉਹਨੂੰ ਸਦਾਚਾਰ ਆਖੀ ਜਾਂਦੇ ਨੇ। ਇਹਨਾਂ ਦੋਸਤਾਂ ਤੋਂ ਮੈਂ ਬੜਾ ਔਖਾ, ਇਹਨਾਂ ਮਿੱਤਰਾਂ ਤੋਂ ਮੈਂ ਬਹੁਤ ਔਖਾ। ਤੇ ਅੱਗੇ ਚੱਲ ਕੇ ਪਤਾ ਕੀ ਕਹਿੰਦਾ ਹੈ, ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐਵੇ ਮਰਾ ਬਮਨ ਨੁਮਾਇਦ। ਉਹ ਬੇਬਾਕ ਦੁਸ਼ਮਣ ਕਿੱਥੇ ਹੈ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੀਆਂ ਕਮਜ਼ੋਰੀਆਂ ਦਾ ਜ਼ਿਕਰ ਕਰੇ, ਮੇਰੀਆਂ ਖਾਮੀਆਂ ਦਾ ਜ਼ਿਕਰ ਕਰੇ? ਮੈਨੂੰ ਨਿੰਦਕ ਚਾਹੀਦਾ ਹੈ ਜਿਹੜਾ ਮੇਰੀਆਂ ਖਾਮੀਆਂ ਦਾ ਜ਼ਿਕਰ ਕਰੇ। ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ, ਲੋਕੀ ਮਿੱਤਰਾਂ ਨੂੰ ਲੱਭਦੇ ਨੇ। ਸ਼ੇਖ ਸਾਦੀ ਕਹਿੰਦਾ ਮੈਂ ਦੁਸ਼ਮਣਾਂ ਨੂੰ ਲੱਭਦਾ ਫਿਰਦਾ, ਚਾਹੀਦਾ ਮੈਨੂੰ ਦੁਸ਼ਮਣ। ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐ ਬੇ ਮਰਾ ਬਮਨ ਨੁਮਾਇਦ। ਉਹ ਬੇਬਾਕ ਦੁਸ਼ਮਣ ਕਿੱਥੇ ਹੈ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੀ ਨਿੰਦਾ ਕਰੇ, ਮੇਰੀਆਂ ਕਮਜ਼ੋਰੀਆਂ ਦਾ ਜ਼ਿਕਰ ਕਰੇ? ਕਮ ਸੇ ਕਮ ਮੈਨੂੰ ਪਤਾ ਤੇ ਚੱਲੇ ਮੇਰੇ 'ਚ ਕੀ ਕਮਜ਼ੋਰੀਆਂ, ਮੇਰੇ 'ਚ ਕੀ ਭੁੱਲਾਂ ਨੇ। ਯਕੀਨ ਜਾਣੋ ਮਨੁੱਖ ਨਿੰਦਾ ਸੁਣਨਾ ਵੀ ਨਹੀਂ ਚਾਹੁੰਦਾ, ਆਪਣੀਆਂ ਕਮਜ਼ੋਰੀਆਂ ਦੇ ਬਾਰੇ ਕੁਛ ਨਹੀਂ ਸੁਣਨਾ ਚਾਹੁੰਦਾ, ਜਾਣਨਾ ਹੀ ਨਹੀਂ ਚਾਹੁੰਦਾ, ਔਖਾ ਹੋ ਜਾਂਦਾ ਹੈ। ਆਪਣੀ ਨਿੰਦਾ ਹੋਵੇ ਔਖਾ ਹੁੰਦਾ ਹੈ, ਦੂਜੇ ਦੀ ਨਿੰਦਾ ਹੋਵੇ ਖੁਸ਼ ਹੁੰਦਾ, ਆਪਣੀ ਉਸਤਤ ਹੋਵੇ ਬੜਾ ਖੁਸ਼ ਹੁੰਦਾ ਹੈ, ਦੂਜੇ ਦੀ ਉਸਤਤ ਹੋਵੇ ਬੜਾ ਔਖਾ ਹੁੰਦਾ ਹੈ। ਇਹ ਆਮ ਸੰਸਾਰੀ ਬੰਦੇ ਦੀ ਪਹਿਚਾਣ ਹੈ। ਭਗਤ ਜਿਹੜਾ ਹੈ ਆਪਣੀ ਉਸਤਤ ਸੁਣਦਾ ਨਹੀਂ, ਦੂਜੇ ਦੀ ਨਿੰਦਾ ਕਰਦਾ ਨਹੀਂ, ਗਲਤ ਇਹ ਉਸਦੀ ਮਾਨਸਿਕ ਅਵਸਥਾ ਬਣ ਜਾਂਦੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪੰਜਵਾਂ ਉਸਦਾ ਲੱਛਣ ਹੈ, ਪਰ ਨਿੰਦਾ ਨੇ ਸਰੋਤ ਸਰਵਣਨ ਆਗ ਤਿਆਗ ਸਗਲ ਰੇਣ ਕੇ। ਛੇਵਾਂ ਲੱਛਣ ਉਸਦਾ ਕੀ ਹੈ? ਛੇਵਾਂ ਲੱਛਣ ਸਹਿਕਨ ਉਪਦੇਸ਼ਨ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਨੀ। ਉਹਦਾ ਉਪਦੇਸ਼ ਮਿੱਤਰਾਂ ਤੇ ਸ਼ਤਰੂਆਂ ਵਾਸਤੇ ਇੱਕ ਸਮਾਨ ਹੈ, ਉਹਦੀ ਦ੍ਰਿਸ਼ਟੀ 'ਚ ਕੋਈ ਮਿੱਤਰ ਨਹੀਂ ਕੋਈ ਸ਼ਤਰੂ ਨਹੀਂ, ਸਾਰੇ ਇੱਕ ਸਮਾਨ। ਕਿਉਂਕਿ ਜਿਹਦੇ ਸ਼ਤਰੂ ਨੇ ਫਿਰ ਉਹਦੇ ਕੁਛ ਮਿੱਤਰ ਨੇ, ਜਿਹਦੇ ਕੁਛ ਮਿੱਤਰ ਨੇ ਉਹਦੇ ਕੁਛ ਸ਼ਤਰੂ ਨੇ, ਉਹਦੀ ਦ੍ਰਿਸ਼ਟੀ ਸਮਾਨ, ਸਾਰੇ ਹੀ ਆਪਣੇ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ। ਸਭ ਕੋ ਮੀਤ, ਇਹ ਨਹੀਂ ਇਹ ਆਪਣੇ, ਇਹ ਭਰਾ ਹੈ, ਇਹ ਮਿੱਤਰ ਨੇ, ਇਹ ਦੁਸ਼ਮਣ ਨੇ, ਇਸ ਤਰ੍ਹਾਂ ਦੇ ਵਿਤਕਰੇ ਵਿੱਚ ਉਹ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ ਛੇਵਾਂ ਲੱਛਣ ਉਸਦਾ ਇਹ ਹੈ ਕਿ ਸਾਰਿਆਂ ਦੇ ਵਾਸਤੇ ਉਸਦੇ ਕੋਲ ਬਿਰਤੀ ਜਿਹੜੀ ਹੈ ਸਮਾਨ ਹੈ, ਤੇ ਉਹਦੇ ਕੋਲ ਜਿਹੜਾ ਉਪਦੇਸ਼ ਹੈ ਉਹ ਸਾਰਿਆਂ ਵਾਸਤੇ ਬਿਲਕੁਲ ਸਾਂਝਾ। ਇਹ ਛੇ ਉਹਦੇ ਲੱਛਣ ਨੇ। ਖਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਸਾਹਿਬ ਕਹਿੰਦੇ ਇਹ ਛੇ ਲੱਛਣ ਜੇ ਕਿਸੇ ਦੇ ਅੰਦਰ ਹੋਵਨ, ਉਹ ਗੁਰਮੁਖ ਹੈ, ਉਹ ਸਾਧੂ ਹੈ, ਉਹ ਸੰਤ ਹੈ। ਤੋ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਂ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ, ਸਿੱਖ ਇੱਕ ਗੁਰੂ ਦੀ ਵਿਚਾਰ ਦਾ ਨਾਂ, ਅੰਦਰ ਵਸੀਏ ਕਿ ਨਹੀਂ ਇੱਕ ਮਨ ਦੀ ਹਾਲਤ ਦਾ ਨਾਂ ਹੈ। ਜਿਉਂ ਗੁਰਬਾਣੀ ਅੰਦਰ ਵਸਦੀ ਉਹਦੇ ਅੰਦਰ ਛੇ ਲੱਛਣ ਪ੍ਰਗਟ ਹੋਣਗੇ। ਪਹਿਲਾ ਤੇ ਇਹ ਕਿ ਸ਼ਬਦ ਸੁਰਤ ਦੀ ਉਹ ਸਾਧਨਾ ਕਰੇਗਾ, ਜ਼ਬਾਨ ਦੇ ਉੱਤੇ ਪਰਮਾਤਮਾ ਦਾ ਨਾਮ ਹੋਵੇਗਾ, ਉਹਦੇ 'ਚ ਧਿਆਨ ਹੋਵੇਗਾ। ਦੂਸਰਾ ਉਸਦੇ ਵਾਸਤੇ ਦੁੱਖ ਸੁੱਖ ਇੱਕ ਸਮਾਨ, ਦੁੱਖ ਵੀ ਆਏਗਾ ਤਾਂ ਵੀ ਵਾਹਵਾ, ਸੁੱਖ ਵੀ ਆਇਆ ਤਾਂ ਵੀ ਵਾਹਵਾ। ਤੇਰਾ ਕੀਆ ਮੀਠਾ ਲਾਗੇ ਨਾਮ ਪਦਾਰਥ ਨਾਨਕ ਮਾਂ, ਜੋ ਕੁਛ ਵੀ ਹੈ ਠੀਕ ਹੈ, ਪ੍ਰਸੰਨ ਹੈ, ਦੁੱਖ ਸੁੱਖ ਇੱਕ ਸਮਾਨ। ਤੀਸਰੀ ਬਿਰਤੀ ਉਸਦੀ ਇਹ ਕਿ ਉਸਦੀ ਦਇਆ ਸਾਰਿਆਂ ਵਾਸਤੇ ਹੋਵੇਗੀ। ਤੇ ਚੌਥਾ ਉਸਦਾ ਇਹ ਕਿ ਉਸਦੀ ਖੁਰਾਕ ਗੋਪਾਲ ਦਾ ਕੀਰਤਨ ਬਣ ਜਾਏਗੀ। ਤੇ ਪੰਜਵਾਂ ਉਸਦਾ ਇਹ ਲੱਛਣ ਇਹ ਕਿ ਨਿੰਦਾ ਉਹ ਕਰੇਗਾ ਨਹੀਂ ਸੁਣੇਗਾ। ਤੇ ਛੇਵੀਂ ਗੱਲ ਹੈ ਉਹਦੀ ਬਿਰਤੀ ਸਮਾਨ ਹੋਵੇਗੀ, ਮਿੱਤਰ ਸੱਤਰ ਇੱਕ ਸਮਾਨ, ਉਹਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੋਵੇਗਾ। ਇਹ ਨਹੀਂ ਕਿ ਆਪਣੇ ਬੰਦਿਆਂ ਨੂੰ ਫਤਿਹ ਬੁਲਾ ਲੈਣੀ, ਦੂਜਿਆਂ ਨਾਲ ਵਿਤਕਰਾ, ਆਪਣਿਆਂ ਨਾਲ ਪਿਆਰ ਪਾਈ ਜਾਣਾ, ਦੂਜਿਆਂ ਨੂੰ ਕਹਿਣਾ ਨਹੀਂ ਇਹ ਤੇ ਉਪਰੇ ਨੇ, ਇਹ ਤੇ ਹੋਰ ਨੇ,
ਇਹ ਤੇ ਸਾਡੇ ਆਪਣੇ ਬੰਦੇ ਨੇ। ਇਸ ਤਰ੍ਹਾਂ ਦੇ ਵਿਤਕਰਿਆਂ ਵਿੱਚ ਉਹ ਨਹੀਂ ਜੀਵੇਗਾ। ਖੱਟ ਲੱਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਣੇ। ਸਾਹਿਬ ਕਹਿੰਦੇ ਛੇ ਲੱਛਣ ਨੇ ਪੂਰਨ ਪੁਰਖ ਦੇ, ਮੁਕੰਮਲ ਇਨਸਾਨ ਦੇ, ਸਾਧੂ ਦੇ, ਸੰਗ ਦੇ। ਔਰ ਐਸਾ ਜਿਹੜਾ ਪੁਰਸ਼ ਹੈ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਣ ਹੈ, ਕਬੂਲ ਹੈ, ਪਰਮਾਤਮਾ ਦੀਆਂ ਸਾਰੀਆਂ ਖੁਸ਼ੀਆਂ ਤੇ ਰਹਿਮਤਾਂ ਉਸਦੇ ਉੱਤੇ ਬਰ। ਸ਼ਿੰਗਾਰ ਕਰਕੇ ਧਰਮੀ ਦਿਸ ਪੈਣਾ ਬੜੀ ਸੌਖੀ ਗੱਲ ਹੈ। ਥੋੜਾ ਜਿਹਾ ਹਾਰ ਸ਼ਿੰਗਾਰ ਕੀਤਾ, ਕਿਉਂਕਿ ਧਰਮ ਦੇ ਵੀ ਕੁਛ ਐਸੇ ਕੱਪੜੇ ਨੇ, ਕੁਛ ਐਸਾ ਲਿਬਾਸ ਹੈ ਜਿਹਨੂੰ ਪਹਿਨਦੇ ਆ ਲੋਕ, ਸੰਤ ਗੁਣੀ ਗਿਆਨੀ ਮਹਾਤਮਾ ਕਹਿਣ ਲੱਗ ਪੈਂਦੇ ਨੇ। ਤੋ ਥੋੜਾ ਜਿਹਾ ਸ਼ਿੰਗਾਰ ਕਰਕੇ ਧਰਮੀ ਦਿਸ ਪੈਣਾ ਹੋਰ ਗੱਲ ਹੈ, ਸਾਧਨਾ ਕਰਕੇ ਧਰਮੀ ਹੋ ਜਾਣਾ